ਪ੍ਰਾਈਮ ਟਾਈਮ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆਂ, ਮੈਂ ਹਾਂ ਨਵਨੀਤ ਸਿੰਘ ਵਧਵਾ। ਗੱਲ ਕਰਾਂਗੇ ਸ਼ਹੀਦਾਂ ਦਾ ਸਨਮਾਨ ਜਾਂ ਫਿਰ ਅਪਮਾਨ। ਸਵਾਲ ਵੱਡਾ ਇਸ ਕਰਕੇ ਕਿਉਂਕਿ ਕੱਲ੍ਹ ਯਾਨੀ ਕਿ ਆਜ਼ਾਦੀ ਦਿਹਾੜੇ ਮੌਕੇ ਜਿਹੜੇ ਕਿ ਸਮਾਗਮ ਰੱਖੇ ਗਏ ਸੀ, ਉਹਨਾਂ 'ਚ ਕਈ ਸਮਾਗਮਾਂ ਦੇ ਵਿੱਚ ਜਿਹੜੇ ਸਰਕਾਰ ਦੇ ਮੰਤਰੀ ਪਹੁੰਚੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਵਿਰੋਧ ਕੀਤਾ ਗਿਆ ਆਜ਼ਾਦੀ ਗੁਲਾਟੀਆਂ ਦੇ ਪਰਿਵਾਰਾਂ ਵੱਲੋਂ। ਔਰ ਇਹ ਵਿਰੋਧ ਕਿਉਂ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਵਿਰੋਧ ਦੀ ਵਜ੍ਹਾ ਆਖਿਰਕਾਰ ਕੀ ਹੈ। ਲੇਕਿਨ ਉਸ ਤੋਂ ਪਹਿਲਾਂ ਇਹ ਰਿਪੋਰਟ। ਕੱਲ ਜਿੱਥੇ ਪੂਰਾ ਦੇਸ਼ 15 ਅਗਸਤ ਦੇ ਜਸ਼ਨ ਦੇ ਵਿੱਚ ਡੁੱਬਿਆ ਹੋਇਆ ਸੀ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਯਾਦ ਕੀਤਾ ਜਾ ਰਿਹਾ ਸੀ, ਉੱਥੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੇ ਸਰਕਾਰ ਤੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਪਟਿਆਲਾ ਵਿੱਚ ਸ਼ਹੀਦਾਂ ਦੇ ਪਰਿਵਾਰ ਨੇ ਜਿੱਥੇ ਸਰਕਾਰ ਦਾ ਸਨਮਾਨ ਲੈਣ ਤੋਂ ਇਨਕਾਰ ਕੀਤਾ, ਉੱਥੇ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕੀਤਾ। ਅਸੀਂ ਸਨਮਾਨ ਇਸ ਕਰਕੇ ਨਹੀਂ ਲਿਆ, ਪਿਛਲੇ ਕਈ ਸਾਲਾਂ ਤੋਂ ਸਾਡੀਆਂ ਜਥੇਬੰਦੀਆਂ ਨੇ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਪਰਿਵਾਰਾਂ ਲਈ। ਜੇ ਸਾਨੂੰ ਸਰਕਾਰ ਤੀਜੀ ਪੀੜ੍ਹੀ ਤੱਕ ਵਾਰਸ ਮੰਨਦੀ ਹੈ ਤਾਂ ਜਿਹੜੀਆਂ ਫਰੀਡਮ ਫਾਈਟਰਾਂ ਸਹੂਲਤਾਂ ਨੇ ਤੀਜੀ ਪੀੜ੍ਹੀ ਤੱਕ ਸਾਨੂੰ ਜਾਰੀ ਕਰੇ ਪੋਤੇ ਪੋਤੀਆਂ ਨੂੰ, ਕਿਉਂਕਿ ਜਿਹੜੇ ਜਿਉਂਦੇ ਫਰੀਡਮ ਫਾਈਟਰ ਨੇ ਬਹੁਤ ਘੱਟ ਰਹਿ ਗਏ ਨੇ ਅਤੇ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ। ਜਿਹੜਾ ਸਾਡਾ ਨੌਕਰੀਆਂ ਵਿੱਚ ਕੋਟਾ ਸੀ 5%, ਉਹ ਘਟਾ ਕੇ 1% ਕਰ ਦਿੱਤਾ ਗਿਆ। ਆਪਣੀਆਂ ਹੀ ਸੜਕਾਂ ਤੋਂ ਸਾਨੂੰ ਟੋਲ ਦੇ ਕੇ ਲੰਘਣਾ ਪੈਂਦਾ, ਠੀਕ ਹੈ ਜੀ। ਬੱਸ ਪਾਸ ਕਿਹਾ ਸੀ ਇਹਨਾਂ ਨੂੰ ਰੋਜ਼ਾਨਾ, PRTC 'ਚ ਕਿੰਨੇ ਮੁਲਾਜ਼ਮ ਬੱਸ 'ਚੋਂ ਫ੍ਰੀ ਸਫ਼ਰ ਕਰਦੇ ਨੇ, ਸਾਡੇ ਪਰਿਵਾਰਾਂ ਨਾਲ ਕਿਹੜਾ ਕਿੰਨਾ ਕੁ ਵਿੱਤੀ ਸੰਕਟ ਪੈ ਜੂਗਾ ਇਹਨਾਂ ਨੂੰ, ਮੈਨੂੰ ਨਹੀਂ ਪਤਾ ਵੀ ਇਹ ਫਾਈਨੈਂਸ ਮਿਨਿਸਟਰ ਰੋਕ ਰਿਹਾ ਫਾਈਲ ਨੂੰ ਜਾਂ ਜਿਹੜਾ ਸਾਡਾ ਫਰੀਡਮ ਫਾਈਟਰ ਵਿਭਾਗ ਦਾ ਸੈਕਟਰੀ ਹੈ VK ਜੰਜੂਆ, ਉਹ ਰੋਕ ਰਿਹਾ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਹਰੀ ਝੰਡੀ ਦਿੱਤੀ ਸੀ ਵੀ ਇਹਨਾਂ ਦੀਆਂ ਜਿਹੜੀਆਂ 4-5 ਮੁੱਖ ਮੰਗਾਂ ਨੇ ਉਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਪਰੰਤੂ ਆਜ਼ਾਦੀ ਘੁਲਾਟੀਆਂ ਨੂੰ 15 ਅਗਸਤ 'ਤੇ ਸਨਮਾਨ ਦੇਣ ਦੀ ਬਜਾਏ ਇਹਨਾਂ ਨੂੰ ਚਾਹੀਦਾ ਸੀ ਵੀ ਇਹ ਜਿਹੜੀਆਂ ਮੰਗਾਂ ਮਨਜ਼ੂਰ ਕਰਕੇ ਸਨਮਾਨ ਦੇਵੇ, ਪਰ ਇਹਨਾਂ ਨੇ ਉਹਦੇ 'ਚ ਵੀ ਬਹੁਤ ਦੇਰੀ ਕਰਤੀ। ਕੁਝ ਇਸੇ ਤਰ੍ਹਾਂ ਦੇ ਹਾਲਾਤ ਬੀਤੇ ਕਾਲ ਧੂਰੀ ਦੇ ਵਿੱਚ ਵੀ ਸਨ, ਜਿੱਥੇ ਸ਼ਹੀਦ ਦੇ ਪਰਿਵਾਰ ਨੇ ਸਨਮਾਨ ਲੈਣ ਤੋਂ ਇਨਕਾਰ ਕੀਤਾ। ਉੱਥੇ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਸਹੂਲਤ ਨਾ ਦੇਣ ਦੀ ਗੱਲ ਆਖੀ ਗਈ। ਅੱਜ ਤੁਹਾਨੂੰ 15 ਅਗਸਤ ਦੇ ਦਿਹਾੜੇ 'ਤੇ ਕੀ ਸਨਮਾਨਿਤ ਕੀਤਾ ਗਿਆ? ਸਨਮਾਨਿਤ ਕੀਤਾ ਗਿਆ ਜੀ SD ਵੱਲੋਂ, SD ਨੇ ਜੋ ਲਾਇਆ ਜੀ, ਪਰ ਸਾਡਾ ਸਨਮਾਨ ਨੂੰ ਬਾਈ ਚਾਹੁੰਦਾ ਕੀਤਾ ਗਿਆ ਕਿ ਜਿੰਨਾ ਚਿਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਜਾਣਗੇ ਉਨਾ ਚਿਰ ਅਸੀਂ ਆਪਦਾ ਕੋਈ ਸਨਮਾਨ ਨਹੀਂ ਲਵਾਂਗੇ। ਬਰਨਾਲਾ ਦੇ ਵਿੱਚ ਵੀ ਆਜ਼ਾਦੀ ਗੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਵੱਲੋਂ ਉਹਨਾਂ ਦੀ ਕੋਈ ਸਾਰ ਨਾ ਲਏ ਜਾਣ ਦਾ ਇਲਜ਼ਾਮ ਹੈ। ਸਰਕਾਰੀ ਸਨਮਾਨ ਇਸ ਕਰਕੇ ਜੀ ਕਿਉਂਕਿ 31 ਤਰੀਕ ਨੂੰ ਜਦੋਂ ਅਸੀਂ ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਧਰਨਾ ਦਿੱਤਾ ਸੀਗਾ, ਉਦੋਂ ਸਾਡੇ ਆਲ ਪੰਜਾਬ ਦੀ ਕਨਵੈਨਸ਼ਨ ਸੀ ਉੱਥੇ, ਅਤੇ ਅਸੀਂ ਇਕੱਤਰ ਹੋ ਕੇ ਮੰਗ ਜੇ ਮੰਗ ਵੀ ਨਹੀਂ ਕੋਈ ਰੱਖੀ, ਸਰਕਾਰ ਨੇ ਆਪਣੀ ਆਪ ਹੀ ਅਨਾਊਂਸ ਕੀਤੀਆਂ ਹੋਈਆਂ, ਸਿਰਫ ਨੋਟੀਫਿਕੇਸ਼ਨ ਦੇ ਤੌਰ 'ਤੇ ਅੜਿਆ ਹੋਇਆ ਕੰਮ। ਉਸ ਦੇ ਰੋਸ ਦੇ ਵਜੋਂ ਅਸੀਂ ਉੱਥੇ ਧਰਨਾ ਦਿੱਤਾ ਸੀ, ਭੁੱਖ ਹੜਤਾਲ ਲੜੀਵਾਰ ਜਾਰੀ ਕੀਤੀ ਜੋ ਕਿ 12 ਦਿਨ ਨਿਰਵਿਘਨ ਚੱਲਦੀ ਰਹੀ। ਉਸ ਤੋਂ ਬਾਅਦ ਪਹਿਲਾਂ ਸਾਡੇ ਮੇਜਰ ਸਿੰਘ ਜੀ ਜੋ ਨੇ ਉਹ ਦੱਸ ਕੇ ਗਏ ਨੇ ਵੀ ਮੀਟਿੰਗ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਦਿੱਤੀ, 13 ਤਰੀਕ ਦਾ ਆਸ਼ਵਾਸਨ ਦਿੱਤਾ ਸੀਗਾ ਵੀ ਤੁਹਾਡੀਆਂ ਮੰਗਾਂ 13 ਤਰੀਕ ਨੂੰ ਨੋਟੀਫਿਕੇਸ਼ਨ ਹੋ ਜੂਗਾ 15 ਅਗਸਤ ਤੋਂ ਪਹਿਲਾਂ। ਚਲੋ ਉਹਨੂੰ ਕਹਿੰਦੇ ਪ੍ਰਸ਼ਾਸਨ ਕਹਿੰਦੇ ਵੀ ਛੁੱਟੀਆਂ ਦੇ ਕਾਰਨ ਵੀ ਸਰ ਜੋ ਨੋਟੀਫਿਕੇਸ਼ਨ ਨਹੀਂ ਜਾਰੀ ਹੋ ਸਕਿਆ, ਤਾਂ DC ਸੰਗਰੂਰ ਨਾਲ ਦੁਬਾਰਾ ਫੇਰ ਮਿਲੇ, ਉਹ ਕਹਿੰਦੇ ਵੀ 25 ਤਰੀਕ ਤੱਕ ਤੁਹਾਡੀਆਂ ਜੋ ਮੰਗਾਂ ਨੇ 4 ਮੰਗਾਂ ਜੋ ਮੇਨ ਪਹਿਲਾਂ ਵੀ ਦੱਸਿਆ ਬੱਸ ਪਾਸ ਦੀ ਹੋਊਗੀ ਅਤੇ ਉਹ ਪੂਰਨ ਤੌਰ 'ਤੇ ਲਾਗੂ ਕਰ ਦਿੱਤੀਆਂ ਜਾਣਗੀਆਂ, ਨੋਟੀਫਿਕੇਸ਼ਨ ਬਕਾਇਦਾ ਤੌਰ 'ਤੇ ਹੋਜੂਗਾ। ਪਰ ਸਾਰੇ ਪੰਜਾਬ ਦੇ ਵਿੱਚ ਜੋ ਸਾਡੀ ਐਸੋਸੀਏਸ਼ਨ ਹੈ ਉਸ ਦੇ ਵਿੱਚ ਜੋਸ਼ ਹੈ, ਇੰਨਾ ਉਹਨਾਂ ਨੇ ਆਗੂਆਂ ਨੂੰ ਕਿਹਾ ਵੀ ਆਪਾਂ ਚਲੋ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਬਾਈਕਾਟ ਨਾਅਰੇਬਾਜ਼ੀ ਨਹੀਂ ਕਰਨੀ, ਸ਼ਾਂਤਮਈ ਤਰੀਕੇ ਨਾਲ ਆਪਾਂ ਜੋ ਸਰਕਾਰ ਆਪਾਂ ਨੂੰ ਸਨਮਾਨ ਸਿਰਫ ਲੋਹੀ ਦਿੰਦੀ ਹੈ ਉਹ 25 ਤਰੀਕ ਤੋਂ ਬਾਅਦ ਜੇ ਸਾਡਾ ਨੋਟੀਫਿਕੇਸ਼ਨ ਸਰਕਾਰ ਲਾਗੂ ਕਰਦੀ ਹੈ ਤਾਂ ਅਸੀਂ ਦੋਨੇ ਹੱਥ ਬੰਨ ਕੇ ਉਹ ਵੀ ਲੈਣ ਨੂੰ ਤਿਆਰ ਹਾਂ। ਪਰ 25 ਤਰੀਕ ਨੂੰ ਆਸ਼ਵਾਸਨ ਦਿੱਤਾ ਜੇ ਨਹੀਂ ਪੂਰ ਚੜ੍ਹਦਾ ਤਾਂ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਉਲੀਕਿਆ ਜਾਊਗਾ, ਸੰਘਰਸ਼ ਹੋਰ ਵੀ ਤਿੱਖੇ ਤਰੀਕੇ ਨਾਲ ਉਲੀਕਿਆ ਜਾਊਗਾ। ਸੋਖੀ ਰਹੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਸੂਬਾ ਸਰਕਾਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਦਾ ਨਾਟਕ ਕਰਦਿਆਂ ਵਿਸ਼ੇਸ਼ ਸਹੂਲਤਾਂ ਦੇਣ ਦੀ ਮੰਗ ਕਰਦੀ ਹੈ, ਦੂਜੇ ਪਾਸੇ ਸ਼ਹੀਦਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ 15 ਅਗਸਤ ਤੇ 26 ਜਨਵਰੀ ਨੂੰ ਸਿਰਫ ਉਹਨਾਂ ਨੂੰ ਇੱਕ ਲੱਡੂਆਂ ਦਾ ਡੱਬਾ ਦੇ ਕੇ ਤੇ ਲੋਹੀ ਦੇ ਕੇ ਤੋੜ ਦਿੱਤਾ ਜਾਂਦਾ ਤੇ ਅੱਜ ਤੱਕ ਕੋਈ ਸਹੂਲਤ ਨਹੀਂ ਮਿਲੀ। ਹੁਣ ਵੇਖਣਾ ਹੋਏਗਾ ਕਿ ਦੇਸ਼ ਦੀ ਆਵਾਮ ਨੂੰ ਆਜ਼ਾਦੀ ਦਾ ਸੂਰਜ ਦਿਖਾਉਣ ਵਾਲੇ ਦੇਸ਼ ਦੇ ਪਰਿਵਾਰਕ ਮੈਂਬਰਾਂ ਨੂੰ ਖੁਸ਼ਹਾਲ ਜੀਵਨ ਦੇਣ ਲਈ ਸਰਕਾਰ ਕੀ ਉਪਰਾਲੇ ਕਰਦੀ ਹੈ।
ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਪੰਜਾਬ। ਸੋ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੂੰ ਸਨਮਾਨਿਤ ਕਰਨਾ ਸੀ ਪਰਿਵਾਰਾਂ ਨੂੰ, ਉਹਨਾਂ ਪਰਿਵਾਰਾਂ ਨੇ ਉਸੇ ਪ੍ਰੋਗਰਾਮਾਂ ਦੇ ਵਿੱਚ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਯਾਨੀ ਕਿ ਕੁਛ ਤਾਂ ਵਜ੍ਹਾ ਰਹੀ ਹੋਏਗੀ। ਇਕੱਲਾ ਇੱਕ ਪਰਿਵਾਰ ਹੀ ਨਹੀਂ, ਪੂਰੇ ਪੰਜਾਬ ਦੇ ਹਾਲਾਤ ਇਸ ਵੇਲੇ ਇਹੀ ਨੇ ਕਿ ਜਿਹੜੇ ਫਰੀਡਮ ਫਾਈਟਰਸ ਫੈਮਿਲੀਜ਼ ਹੈਗੀਆਂ, ਜਿਨ੍ਹਾਂ ਨੇ ਆਜ਼ਾਦੀ ਦੀ ਜੰਗ ਲੜੀ, ਕੱਲ੍ਹ ਅਸੀਂ ਆਜ਼ਾਦੀ ਦਿਹਾੜਾ ਮਨਾ ਕੇ ਰੱਖਿਆ, ਪਰ ਸਵਾਲ ਵੱਡਾ ਹੈ ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ, ਉਹਨਾਂ ਪਰਿਵਾਰਾਂ ਦੇ ਹਾਲਾਤ ਖਾਸ ਤੌਰ 'ਤੇ ਪੰਜਾਬ ਸਰਕਾਰ ਨੇ ਅਜਿਹੇ ਕਿਉਂ ਬਣਾ ਦਿੱਤੀ, ਕੁਝ ਹੋਰ ਪਰਿਵਾਰਾਂ ਦੀ ਕਹਾਣੀ ਵੀ ਹੈਗੀ, ਇਹ ਰਿਪੋਰਟ ਹੋਰ ਵੇਖੋ। ਤਸਵੀਰਾਂ 'ਚ ਖਸਤਾ ਹਾਲਾਤਾਂ 'ਚ ਦਿਖਾਈ ਦੇ ਰਹੇ ਇਹ ਕੱਚੇ ਮਕਾਨਾਂ 'ਚ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਆਜ਼ਾਦੀ ਗੁਲਾਟੀਆ ਜੋਗਿੰਦਰ ਸਿੰਘ ਦਾ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ। ਜੋਗਿੰਦਰ ਸਿੰਘ ਦਾ ਪਰਿਵਾਰ ਆਪਣੇ ਗੁਜ਼ਾਰੇ ਲਈ ਸ਼ਾਇਦ ਹੀ ਕੋਈ ਇਹੋ ਜਿਹਾ ਸੰਘਰਸ਼ ਹੋਵੇਗਾ ਜੋ ਅਜੇ ਤੱਕ ਨਾ ਕੀਤਾ ਹੋਵੇ। ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਮਗਰੋਂ ਲੀਡਰਾਂ ਨੇ ਤਾਂ ਆਪਣੇ ਸ਼ਾਨਦਾਰ ਮਹਿਲ ਖੜੇ ਕਰ ਲਏ ਨੇ, ਪਰ ਇਹਨਾਂ ਪਰਿਵਾਰਾਂ ਦੀ ਸਾਰ ਕਿਸੇ ਨੇ ਨਹੀਂ ਲਈ। ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਾ ਸੁਤੰਤਰ ਸਰਗਰਮੀ ਦਾ ਘਰ, ਜਿਹਦੇ ਘਰ ਦੇ ਹਾਲਤ ਅੱਜ ਅਸੀਂ ਤੁਹਾਨੂੰ ਦਿਖਾਉਣ ਚੱਲੇ ਹਾਂ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਘਰ ਦਾ ਹਾਲਤ ਨੇ, ਜਿਹੜੇ ਹਾਲਤ ਨੇ ਉਹ ਦੇਖਣ ਯੋਗ ਨਹੀਂ ਕਿ ਸਰਕਾਰਾਂ ਇਸ ਵੱਲ ਦੇਖਣਗੀਆਂ। ਜਿਹੜੇ ਘਰ ਦੇ ਹਾਲਤ ਨੇ, ਜੋਗਿੰਦਰ ਸਿੰਘ ਦੇ ਪਿਤਾ ਦੇ ਘਰ ਦਾ ਹਾਲਤ ਤਰਸਯੋਗ ਹਾਲਤ ਹੈ, ਜੋ ਕਿ ਥਾਂ ਥਾਂ ਤੋਂ ਟੁੱਟਿਆ ਪਿਆ। ਅੱਜ ਸਾਡੇ ਨਾਲ ਪਿੰਡ ਦੇ ਨੰਬਰਦਾਰ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਸਰਕਾਰਾਂ ਇਸ ਵੱਲ ਨੇ ਕਿਉਂ ਨਹੀਂ ਸੁਣਿਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਵਰਨ ਸਿੰਘ ਜੀ। ਸਵਰਨ ਜੀ, ਤੁਸੀਂ ਕੀ ਕਹੋਗੇ ਇਸ ਬਾਰੇ? ਸਰ, ਸਰਕਾਰਾਂ ਇਹਨਾਂ ਵੱਲ ਦੇਖਦੀਆਂ ਨੇ ਹੈਗੀਆਂ। ਇਹਨਾਂ ਨੇ 1972 'ਚ ਇਹਨਾਂ ਨੂੰ ਪੈਨਸ਼ਨ ਮਿਲਣ ਲੱਗੀ, ਉਦੋਂ ਇੰਦਰਾ ਗਾਂਧੀ ਨੇ ਇਹਨਾਂ ਨੂੰ ਤਾਮਰ ਪੱਤਰ ਦਿੱਤਾ ਸੀ। ਪਹਿਲਾਂ ਵੀ ਇਹਨਾਂ ਹੀ ਸਾਰ ਨੇ ਅਤੇ ਹੁਣ ਵੀ ਨਹੀਂ। ਇਹਨਾਂ ਦੇ ਤਿੰਨ ਦੋ ਬੱਚੇ ਨੇ ਉਹਨਾਂ ਦੇ, ਜੋਗਿੰਦਰ ਸਿੰਘ ਦੇ ਤਿੰਨ ਪੁੱਤ ਨੇ ਉਹਨਾਂ ਦੇ, ਉਹ ਪਲੱਸ 2 'ਚ ਪੜ੍ਹਦੇ ਨੇ ਜੀ, ਇੱਕ 9ਵੀਂ ਵਿੱਚ ਪੜ੍ਹਦਾ ਗਾ। ਅਤੇ ਉਹਨਾਂ ਦੇ ਅੱਜ ਵੀ ਜਜ਼ਬਾ ਗਾ ਵੀ ਅਸੀਂ ਫੌਜ ਦੇ ਵਿੱਚ ਭਰਤੀ ਹੋਈਏ। ਠੀਕ ਹੈ, ਪਰ ਸਰਕਾਰ ਇਹਨਾਂ ਵੱਲ ਝਾਕਦੀ ਨਹੀਂ, ਇਹਨਾਂ ਦੇਖਦੀਆਂ ਨੇ ਵੀ ਇਹ ਕੀ ਕਰਨ ਇਹ। ਅਤੇ ਇਹ ਮੁੰਡੇ ਲੇਬਰ ਦਾ ਕੰਮ ਕਰਦੇ ਨੇ, ਲੇਬਰ ਦਾ ਕੰਮ ਕਰਕੇ ਫਿਰ ਆਪਦੀ ਪੜ੍ਹਾਈ ਕਰਦੇ ਨੇ। ਕੱਲ੍ਹ 15 ਅਗਸਤ ਸੀ, 15 ਅਗਸਤ 'ਤੇ ਫੰਕਸ਼ਨ 'ਤੇ ਸਮਾਰੋਹ 'ਤੇ ਜਿੱਥੇ ਸਾਰਾ ਦੇਸ਼ ਇੱਕ ਦੂਜੇ ਨੂੰ ਵਧਾਈਆਂ ਦੇ ਰਿਹਾ ਸੀ, ਸੁਤੰਤਰਤਾ ਸੰਗਰਾਮੀਆਂ ਨੇ ਸਨਮਾਨ ਲੈਣ ਤੋਂ ਇਨਕਾਰ ਕਰਤਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਚਾਹੀਦਾ ਸੀ ਉਹਨੂੰ ਇੱਕ ਲੱਡੂ ਅਤੇ ਲੋਹੀਆਂ ਦਾ ਡੱਬਾ ਲੋਹੀ ਦੇ ਕੇ ਸਾੜ ਦਿੰਦੇ ਨੇ, ਪਰ ਉਹਨਾਂ ਆ ਕੇ ਕੋਈ ਦੇਖਦਾ ਇੱਥੇ ਘਰ ਵੀ ਕੀ ਹਾਲਾਤ ਨੇ ਘਰਾਂ ਦੇ? ਆਹ ਘਰ ਆਈਏ ਇੱਥੇ ਰਹਿਣ ਜੋਗਰਾ? ਇਹ ਜਦੋਂ ਇਹਨਾਂ ਘਰ ਟੁੱਟ ਗਿਆ ਜਮੀ ਖਤਮ ਹੋ ਗਿਆ, ਫਿਰ ਇਹ ਜਾ ਕੇ ਉੱਧਰ ਰਹਿਣ ਲੱਗੇ ਨੇ। ਸਰਕਾਰਾਂ ਨੂੰ ਚਾਹੀਦਾ ਸੀ ਘਰ ਬਣਾ ਕੇ ਦਈਏ, ਇਹਨਾਂ ਨੂੰ ਸਹੂਲਤ ਦਈਏ ਕੋਈ ਨਾ ਕੋਈ। ਉਹਨਾਂ ਬੱਚਿਆਂ ਨੂੰ ਦੇਖੀਏ, ਇਹਨਾਂ ਨੂੰ ਤਾਂ ਨਹੀਂ ਨੌਕਰੀਆਂ ਦਿੱਤੀਆਂ ਜੀ, ਪਰ ਉਹਨਾਂ ਬੱਚਿਆਂ ਪੋਤਿਆਂ ਨੂੰ ਤਾਂ ਦੇਖ ਲਏ। ਸਰਕਾਰਾਂ ਕੁਛ ਵੀ ਨਹੀਂ ਦੇਖਦੀਆਂ ਇਹਨਾਂ ਵੱਲ। ਕੁਝ ਇਸੇ ਤਰ੍ਹਾਂ ਦੀ ਕਹਾਣੀ ਆਜ਼ਾਦੀ ਗੁਲਾਟੀਏ ਕਰਤਾਰ ਸਿੰਘ ਦੀ ਵੀ ਨਜ਼ਰ ਆ ਰਹੀ ਹੈ, ਜਿੱਥੇ ਪਰਿਵਾਰ ਦੀ ਬਜ਼ੁਰਗ ਔਰਤ ਸਰਕਾਰ ਦੇ ਵਾਅਦਿਆਂ ਤੇ ਕਰਤੂਤ ਨੂੰ ਸਰੇਆਮ ਸਾਡੀ ਟੀਮ ਅੱਗੇ ਬੇਨਕਾਬ ਕਰ ਰਹੀ ਹੈ। ਬਜ਼ੁਰਗ ਔਰਤ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ 15 ਅਗਸਤ ਤੇ 26 ਜਨਵਰੀ ਨੂੰ ਯਾਦ ਤਾਂ ਜ਼ਰੂਰ ਕੀਤਾ ਜਾਂਦਾ ਹੈ, ਪਰ ਸਹੂਲਤ ਦੇ ਨਾਂ ਤੇ ਸਾਰੀ ਜ਼ਿੰਦਗੀ ਕੁਝ ਨਹੀਂ ਮਿਲਿਆ। ਸਾਡੇ ਨਾਲ ਫਰੀਡਮ ਫਾਈਟਰ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਮੌਜੂਦ ਨੇ। ਮਾਤਾ ਕੀ ਨਾਮ ਹੈ? ਸਾਡਾ ਨਾਮ ਜਸਵੀਰ ਕੌਰ। ਸ਼ਹੀਦ ਹੋਇਆ, ਉਸ ਤੋਂ ਬਾਅਦ ਸਰਕਾਰ ਨੇ ਤੁਹਾਡੇ ਪਰਿਵਾਰ ਦੀ ਕੋਈ ਸਹੂਲਤ ਦਿੱਤੀ, ਕੋਈ ਮਦਦ ਕੀਤੀ, ਆਰਥਿਕ ਮਦਦ ਕਰਨ ਦੀ ਕੋਸ਼ਿਸ਼ ਕੀਤੀ? ਸਾਨੂੰ ਪਾਣੀ ਵੀ ਨਹੀਂ ਪਿਆਇਆ, ਪਾਣੀ ਵੀ ਨਹੀਂ ਪਿਆਇਆ। ਮੈਂ DC ਦੇ SV ਦੇ ਸਭ ਦੇ ਪੇਸ਼ ਹੋ ਗਏ, ਜਿੰਨੇ ਸੀਗੇ ਮੁੱਖ ਮੰਤਰੀ ਸਾਰੇ, ਫਿਰੋ ਫਿੱਟਾਂ ਦੇ ਬੱਚੇ ਫਿਰੋ ਫਿੱਟਾਂ, ਸਾਨੂੰ ਡੱਕਾ ਨਹੀਂ ਮਿਲਿਆ। ਉਹ ਆਖਦੇ ਆ ਵੀ ਬਣੂਗਾ ਤੇ ਵਾਂਗੇ ਬਣੂਗਾ, ਤੇ ਦਿੱਤਾ ਸਾਨੂੰ ਕੁਛ ਨਹੀਂ। ਮੇਰੀ ਲੱਤ ਤਾਂ ਟੁੱਟੀ ਜਾਈ, ਮੈਂ 3 ਕਾਗਜ਼ ਦੇ ਤੇ, ਅਤੇ ਬਾਈ ਚੱਕੀਆਂ ਵੇਖੋ ਇਹਨਾਂ ਨੇ ਵਿਚਾਰਿਆਂ ਨੂੰ, ਉਹਨਾਂ ਨੂੰ ਕੀ ਆਦੇ ਹੈ ਉਹ ਗੱਡੀ ਵਾਲਿਆਂ ਨੇ, ਹੈ 71 ਫਾਰੀਆਂ ਨੇ, ਕਿਹਨੇ ਚੱਕੀ? ਉਹਨਾਂ ਨੇ ਚੱਕੀ ਆ ਵੇਖ, ਦਮ ਦਮੀ ਤਰ ਵੱਡੀ ਲੱਤ ਟੁੱਟ ਗਈ। ਮੇਰੀ ਕੋਈ ਫਰਮਾਇਸ਼ ਨਹੀਂ ਸੀ ਕੋਈ ਵੀ ਸਾਡੀ ਪਰਿਵਾਰ ਬਾਰੇ 'ਚ, ਹਾਂ ਕੋਈ ਫਰਮਾਇਸ਼ ਨਹੀਂ ਸਾਡੀ ਸੋਈ। ਉਹਦੇ ਪਿੰਡ ਦੇ ਜਿਹੜਾ ਚੌਕ ਹੈ ਉੱਥੇ ਬੂਥ ਲਾਉਣ ਦੀ ਵੀ ਕਹੀ ਸੀ ਵੀ ਇਹਨਾਂ ਦੀ ਫੋਟੋ ਬਣਾਈ ਜਾਵੇ, ਉਹਦੀ ਮੰਗ ਕੀਤੀ ਗਈ ਸੀ ਤੁਹਾਡੇ ਪਰਿਵਾਰ ਤੋਂ? ਨਾ, ਉਹ ਕੁਛ ਨਹੀਂ ਕਰਿਆ, ਹੁਣ ਆਉਂਦੇ ਸੀ ਉਹ ਜਿਹੜੀ ਬਣਾਈ ਹੈ ਵੀ ਹੁਣ ਇੱਥੇ ਲਾਵਾਂਗੇ ਵੀ ਯਾਦਗਿਰੀ ਕਰਾਂਗੇ ਅੱਡੇ 'ਤੇ, ਵੀ ਯਾਦਗਿਰੀ ਕਰਾਂਗੇ ਅੱਡੇ 'ਤੇ, ਕਰੀ ਨਹੀਂ ਅਜੇ, ਡੱਕਾ ਨਹੀਂ ਕਰਿਆ, ਸਾਨੂੰ ਤਾਂ ਜਮਾਂ ਨਹੀਂ ਪੁੱਛਿਆ। ਉਹ ਯਾਦਗਿਰੀ ਦਾ ਮੈਂ ਤੁਹਾਨੂੰ ਜਿਹੜਾ ਬਣਾਇਆ ਕਾਨੂੰਨ ਸਾਰੇ ਮੁੱਖ ਮੰਤਰੀਆਂ ਨੇ ਬਣਾ ਕੇ ਅੰਗੂਠੇ ਲਾ ਤੇ, ਕਰਿਆ ਜੇ ਡੱਕਾ ਨਹੀਂ। ਕਹਿੰਦੇ ਹੁਣ ਤੁਸੀਂ ਜਦੋਂ ਮਿਲਦੇ ਹੋ, ਕੱਲ੍ਹ ਮੰਤਰੀ ਸਾਹਿਬ ਵੀ ਆਏ ਸੀ,
ਉਹਨਾਂ ਨੂੰ ਮਿਲੇ ਹੋ, ਕੀ ਕਹਿੰਦੇ ਆ, ਕੋਈ ਕਹਿ ਗਿਆ ਮਦਦ ਕਰਨ ਦੀ ਗੱਲ ਕਹੀ ਗਈ? ਤੁਸੀਂ ਲਾਹੇ ਆ, ਆਹੀ ਲਾਹਿਆ, ਸਾਨੂੰ ਕੁਛ ਨਹੀਂ ਆਖਿਆ ਵੀ ਅਖਬਾਰਾਂ 'ਤੇ ਆਊ, ਤੂੰ ਮਾਤਾ ਤੇਰੀ ਰੱਤ ਹੈ। ਮੈਨੂੰ ਮੁਲਾਜ਼ਮ ਛੱਡ ਗਏ ਪੁਲਿਸ ਵਾਲੇ ਅੱਡੇ 'ਤੇ, ਅੱਡੇ 'ਤੇ ਤਾਰ ਕੇ ਵੀ ਮਾਤਾ ਜਮਾ ਡਿੱਗ ਪੂਗੀ। ਹਰੇਕ ਮੈਂ ਕਿਤੇ ਪ੍ਰੋਗਰਾਮ ਹੋਵੇ, ਕਿਤੇ ਇਹਨਾਂ ਦੀ ਸ਼ਹੀਦੀਆਂ ਦੀ ਕੋਈ ਵੇਖਰਾ ਕਰਦੇ ਹੁੰਦੇ ਆ, ਮੈਂ ਸ਼ਹੀਦੀਆਂ ਦੇ ਥਾਂ ਥਾਂ ਖੜਦੀ ਹਾਂ। ਉਹਨੂੰ ਹੋ ਗਏ 16 ਵਰੇ ਮੁੱਕੇ ਨੂੰ, ਜਿਹੜਾ ਵੇਖ ਇਹਨਾਂ ਦੇ ਮੇਰੇ ਘਰ ਵਾਲਾ ਮੁੰਡਿਆਂ ਦਾ ਪਿਤਾ ਹੈ, ਅਤੇ ਦੂਜਾ ਵੇਖ ਉੱਥੇ ਹੀ ਰਹਿ ਗਿਆ, ਯਾਦ ਹਿੰਦ ਉੱਥੇ ਹੀ ਰਹਿ ਗਿਆ, ਵੇਖ ਸ਼ਹੀਦ ਹੋ ਗਿਆ। ਪਿਸ਼ਾਬ ਕਰਨ ਉੱਠਿਆ, ਉੱਠਦਾ ਅਤੇ ਉਹਦੇ ਕਾਗਜ਼ ਦੇ ਵਿੱਚ ਗੋਲੀ ਵੱਜੀ, ਉੱਥੇ ਹੀ ਮੁੱਕ ਗਿਆ 18 ਸਾਲ ਦਾ ਕੁਮਾਰ ਹੀ। ਉਹਦੀ ਮਾਂ ਨੂੰ ਪੈਨਸ਼ਨ ਮਿਲੀ ਆ, ਸਾਨੂੰ ਤਾਂ ਉਹਦਾ ਆਈ ਵੀ ਨਹੀਂ ਦੱਸਿਆ ਵੀ ਹਾਥੀ ਕਰਤਾਰ ਕਿੱਥੇ ਆ, ਕਰਤਾਰ ਸਿੰਘ ਕਿੱਥੇ ਆ, ਪਾਉ ਵਾਲੀ ਜੱਸੀ। ਖਰਚਾ ਕਿਵੇਂ ਚੱਲਦਾ ਘਰ ਦਾ, ਘਰ ਖਰਚ ਕਿਵੇਂ ਚੱਲਦਾ, ਕੀ ਮੰਗ ਕਰਦੇ ਹੋ, ਖਰਚ ਕਿਵੇਂ ਚੱਲਦਾ? ਕੁਛ ਨਹੀਂ ਚੱਲਦਾ ਪੁੱਤਾ, ਕੋਈ ਜੂਨ ਨਹੀਂ ਖਰਚ ਦੀ, ਕੋਈ ਜੂਨ ਨਹੀਂ, ਕੋਈ ਚੱਲਦਾ ਨਹੀਂ, ਜਮਾਂ ਨਹੀਂ ਚੱਲਦਾ ਖਰਚ। ਹੋਰਾਂ ਨੂੰ 50-50 ਹਜ਼ਾਰ, 60-60 ਹਜ਼ਾਰ, ਮੇਰੇ ਨਾਲ ਨੂੰ ਇਹ 2.5 ਸਾਲ ਦੀ ਜੇਲ੍ਹ ਕੱਟ ਕੇ ਆਇਆ ਰੌਲੇ ਤੋਂ ਬਾਅਦ, ਉਦੋਂ ਪਿੱਛੋਂ ਮੇਰਾ ਵਿਆਹ ਹੋਇਆ, ਰੌਲੇ ਤੋਂ ਬਾਅਦ 2.5 ਸਾਲ ਦੀ ਜੇਲ੍ਹ ਕੱਟ ਕੇ ਆਇਆ ਇਹ, ਅਤੇ ਵੇਖੋ ਉੱਥੋਂ ਫਿਰ ਆਏ ਨੇ ਇਹ, ਫਿਰ ਮੇਰਾ ਵਿਆਹ ਹੋਇਆ, ਉਹ ਤਾਂ ਉੱਥੇ ਹੀ ਮਰ ਗਿਆ। ਦੇਸ਼ ਵਾਸੀਆਂ ਨੂੰ ਆਜ਼ਾਦ ਹਵਾ 'ਚ ਸਾਹ ਦਿਵਾਉਣ ਵਾਲੇ ਸ਼ਹੀਦਾਂ ਦੇ ਪਰਿਵਾਰ ਅੱਜ 2 ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰਨ ਨੂੰ ਮਜਬੂਰ ਨੇ, ਅਤੇ ਸ਼ਹੀਦਾਂ ਦੇ ਨਾਂ 'ਤੇ ਰੋਟੀਆਂ ਸੇਕਣ ਵਾਲੇ ਲੀਡਰ ਅੱਜ ਵੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੇ ਹਨ। ਲਿਵਿੰਗ ਇੰਡੀਆ ਨਿਊਜ਼ ਦੇ ਇਸ ਗਰਾਊਂਡ ਜ਼ੀਰੋ ਰਿਪੋਰਟ ਦੇ ਖੁਲਾਸੇ ਤੋਂ ਮਗਰੋਂ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹੂਲਤ ਦੇਣ ਲਈ ਅੱਗੇ ਆਉਂਦੀ ਹੈ ਜਾਂ ਫਿਰ ਨਹੀਂ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਜੇ ਇੰਨਾ ਵੇਖਣ ਤੋਂ ਬਾਅਦ ਵੀ ਸ਼ਰਮ ਨਾ ਆਈ ਤਾਂ ਫਿਰ ਡੁੱਬ ਕੇ ਮਰ ਜਾਣਾ ਚਾਹੀਦਾ, ਔਰ ਇਸ ਕਰਕੇ ਕਹਿਣਾ ਪੈ ਰਿਹਾ ਮਾਫ਼ ਕਰਨਾ ਸਰਕਾਰ ਜੇ ਸੁਣ ਰਹੀ ਹੋਏ, ਕਿਉਂਕਿ ਇਹਨਾਂ ਕਰਕੇ ਹੀ ਇਹ ਸਰਕਾਰਾਂ ਹੈਗੀਆਂ, ਆਜ਼ਾਦੀ ਦਾ ਆਨੰਦ ਮਾਣ ਰਹੇ ਇਹਨਾਂ ਪਰਿਵਾਰਾਂ ਕਰਕੇ। ਪਰ ਵਾਅਦੇ ਵੀ ਕੁਛ ਸੀਗੇ ਸਰਕਾਰ ਦੇ, ਜੇ ਨਹੀਂ ਯਾਦ ਸਰਕਾਰਾਂ ਨੂੰ, ਕਿਉਂਕਿ ਕਾਂਗਰਸ ਦੇ ਬੁਲਾਰੇ ਤਾਂ ਹੁਣ ਚਰਚਾਵਾਂ ਦੇ ਵਿੱਚ ਆਉਂਦੇ ਨਹੀਂ, ਇੱਕ ਵਾਰੀ ਫਿਰ ਯਾਦ ਕਰਾ ਦਿੰਦੇ ਹਾਂ ਕਿ ਉਹ ਵਾਅਦੇ ਕਿਹੜੇ ਨੇ ਜਿਹੜੇ ਇਸ ਸਰਕਾਰ ਨੇ ਜਾਂ ਕਾਂਗਰਸ ਪਾਰਟੀ ਨੇ ਇਹਨਾਂ ਪਰਿਵਾਰਾਂ ਤੋਂ ਕੀਤੇ ਸੀ ਵੋਟਾਂ ਲੈਣ ਤੋਂ ਪਹਿਲਾਂ। ਇੱਕ ਵਾਰੀ ਉਹਨਾਂ 'ਤੇ ਵੀ ਨਜ਼ਰ ਪਾ ਲੈਂਦੇ ਹਾਂ ਕਿ ਉਹ ਕਿਹੜੇ ਵਾਅਦੇ ਨੇ ਜਿਹੜੇ ਕੀਤੇ ਗਏ ਸੀ। ਸੋ ਕਾਂਗਰਸ ਦੇ ਆਜ਼ਾਦੀ ਗੁਲਾਟੀਆ ਦੇ ਪਰਿਵਾਰ ਨਾਲ ਕੀਤੇ ਵਾਅਦੇ ਕਿਹੜੇ ਨੇ ਉਹ ਵੇਖ ਲਓ। ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਉਹ ਹਾਲਾਤ ਬਿਆਨ ਕਰਦੇ ਪਰਿਵਾਰਾਂ ਨੇ ਕਿ ਕਿੰਨੀਆਂ ਕੁ ਸਰਕਾਰੀ ਨੌਕਰੀਆਂ ਮਿਲਾਂ। ਪਰਿਵਾਰ ਦਾ ਪੂਰੇ ਦੇਸ਼ 'ਚ ਮੈਡੀਕਲ ਮੁਫਤ ਹੋਏਗਾ, ਤੁਸੀਂ ਆਪ ਹੀ ਸੁਣ ਲਈ, ਉਹ ਕਹਿੰਦੇ ਨੇ ਕਿ ਸਾਰਾ ਕੁਛ ਤਾਂ ਖਰਚਣਾ ਪੈਂਦਾ। ਇੱਕ ਪੈਟਰੋਲ ਪੰਪ ਦੇਣ ਦਾ ਵਾਅਦਾ ਸੀ, ਉਹ ਵੀ ਪੂਰਾ ਨਹੀਂ ਹੋਇਆ। ਪਰਿਵਾਰ ਨੂੰ ਗੈਸ ਏਜੰਸੀ ਜਾਂ ਪੈਟਰੋਲ ਪੰਪ ਜਾਂ ਗੈਸ ਏਜੰਸੀ ਜਾਂ ਫਿਰ ਹੋਰ ਜਿਹੜੇ ਕਨੈਕਸ਼ਨ ਸੀਗੇ। ਪਰਿਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰ ਪੈਨਸ਼ਨ ਦੇਵੇਗੀ, ਪਰ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ। ਸੋ ਇਹ ਕੁਛ ਵਾਅਦੇ ਜਿਹੜੇ ਕਿ ਕੀਤੇ ਗਏ ਸੀ ਇਹਨਾਂ 'ਚੋਂ। ਹੁਣ ਜੇ ਗੱਲ ਕਰੀਏ ਤਾਂ ਮੁਫਤ ਹੋਰ ਕਈ ਸਹੂਲਤਾਂ ਦੇਣ ਦੇ ਵਾਅਦੇ ਸੀ, ਕੁਛ ਪਲਾਟਾਂ ਦੇ ਵਾਅਦੇ ਸੀ, ਜੇ ਕਿਉਂਕਿ ਲਿਸਟ ਇੰਨੀ ਲੰਬੀ ਹੈ, ਜੇ ਕਾਂਗਰਸ ਪਾਰਟੀ ਦਾ ਤੁਸੀਂ ਮੈਨੀਫੈਸਟੋ ਚੁੱਕ ਲਓ ਤਾਂ ਸ਼ਾਇਦ ਪੜ੍ਹਦੇ ਰਾਤ ਹੋ ਜਾਏ। ਪਰ ਉਹਨਾਂ 'ਚੋਂ ਕਿੰਨੇ ਵਾਅਦੇ ਪੂਰੇ ਹੋ ਰਹੇ ਨੇ ਪਰਿਵਾਰਾਂ ਨੇ ਆਪ ਬਿਆਨ ਕਰ ਦਿੱਤਾ, ਪਰ ਇਸ ਤੋਂ ਇਲਾਵਾ ਕੁਛ ਸਵਾਲ ਵੀ ਨੇ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਜਾਂ ਨਹੀਂ। ਖੈਰ, ਇਹ ਸਵਾਲ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਕਹਿ ਰਹੀ ਹੈ ਦੇ ਰਿਹਾ, ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਇਹਨਾਂ ਪਰਿਵਾਰਾਂ ਦੇ ਨਾਲ ਆਖਿਰਕਾਰ ਸਰਕਾਰ ਇਹ ਕਿਉਂ ਕਰ ਰਹੀ ਕਿ ਸਰਕਾਰ ਦੇ ਵਾਅਦੇ ਖੋਖਲੇ ਸਾਬਤ ਹੋ ਰਹੇ ਨੇ? ਸਭ ਤੋਂ ਵੱਡਾ ਅਤੇ ਅਹਿਮ ਸਵਾਲ ਕਿ ਸਰਕਾਰ ਨੇ ਨਹੀਂ ਲਈ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ। ਕਿੱਥੇ ਗਏ ਚੋਣ ਮੈਨੀਫੈਸਟੋ ਦੇ ਵਾਅਦੇ ਜਿਹੜੇ ਸਾਰੇ ਪੰਜਾਬ 'ਚ ਘੁੰਮ ਕੇ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਇਹ ਸਾਰਾ ਕੁਛ ਅਸੀਂ ਕਰਾਂਗੇ? ਲਗਭਗ ਅੱਧਾ ਸਮਾਂ ਇਸ ਸਰਕਾਰ ਦਾ ਹੋ ਗਿਆ, ਲਗਭਗ 2.5 ਸਾਲ ਪੂਰੇ ਹੋ ਚੁੱਕੇ ਨੇ, ਪਰ ਕਿੰਨੇ ਵਾਅਦੇ ਪੂਰੇ ਹੋਏ? ਔਰ ਜਦੋਂ ਸ਼ੁਰੂਆਤ 'ਚ ਸਵਾਲ ਕੀਤੇ ਜਾਂਦੇ ਸੀ ਇਹੀ ਸਵਾਲ, ਅਤੇ ਕਿਹਾ ਜਾਂਦਾ ਸੀ ਕਿ ਅਕਾਲੀ ਦਲ ਖਜ਼ਾਨਾ ਖਾਲੀ ਕਰਕੇ ਚਲਾ ਗਿਆ, ਕਰਜ਼ਾ ਪੰਜਾਬ ਦੇ ਸਿਰ ਜਿਹੜਾ 2 ਲੱਖ ਕਰੋੜ ਦਾ। ਹੁਣ ਕਰਜ਼ਾ ਘੱਟ ਹੋਇਆ ਨਹੀਂ ਹੋਇਆ, ਖਰਚੇ ਵੱਧ ਗਏ ਨਹੀਂ ਵਧੇ, ਕਿੰਨੇ ਖਰਚਿਆਂ 'ਤੇ ਲਗਾਮ ਲੱਗੀ, ਕਿੰਨੇ ਆਮਦਨ ਦੇ ਸਰੋਤ ਪੈਦਾ ਕੀਤੇ ਗਏ, ਇਹ ਸਵਾਲ ਵੀ ਹੈਗੇ। ਪਰ ਅੱਜ ਅਸੀਂ ਸਿਰਫ ਕਰਾਂਗੇ ਪਰਿਵਾਰਾਂ ਦੀ ਗੱਲ, ਇਹਨਾਂ ਪਰਿਵਾਰਾਂ ਦੇ ਜਿਹੜੇ ਸਵਾਲ ਨੇ ਉਹ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। 2 ਮਹਿਮਾਨ ਇਸ ਵੇਲੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ, ਕਿਉਂਕਿ ਕਾਂਗਰਸ ਦੇ ਇਸ ਮਸਲੇ 'ਤੇ ਸਵਾਲ ਜਿਹੜਾ ਹੈਗਾ ਉਹ ਸੁਣਨਾ ਨਹੀਂ ਚਾਹੁੰਦੀ, ਜਾਂ ਇਸੇ ਕਰਕੇ ਕਹਿ ਸਕਦੀ ਹੈ ਕਿ ਜਵਾਬ ਨਹੀਂ ਦੇ ਸਕਦੀ। ਸਵਾਲ ਸਹੀ ਮਾਇਨੇ 'ਚ ਕਾਂਗਰਸ ਤੋਂ ਹੈਗੇ ਜਾਂ ਸਰਕਾਰ ਤੋਂ ਹੈਗੇ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਜਿਹੜਾ ਧੱਕਾ, ਜੋ ਆਪ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਕਿਉਂ ਹੋ ਰਿਹਾ, ਕਿਉਂ ਆਖਿਰਕਾਰ ਇਹਨਾਂ ਸਰਕਾਰ ਜਿਹੜੇ ਨਾ ਪਰਿਵਾਰਾਂ ਦੀ ਸਾਰ ਨਹੀਂ ਲੈ ਰਹੀ? ਸਭ ਤੋਂ ਵੱਡਾ ਅਤੇ ਅਹਿਮ ਸਵਾਲ ਕਿ ਵਾਅਦੇ ਤਾਂ ਇਹਨਾਂ ਦੇ ਹੈਗੇ, ਇਹ ਵਾਅਦੇ ਆਖਿਰਕਾਰ ਪੂਰੇ ਕਿਉਂ ਨਹੀਂ ਕੀਤੇ ਗਏ ਸਰਕਾਰ ਵੱਲੋਂ, ਜਦਕਿ ਅੱਧਾ ਸਮਾਂ ਇਸ ਸਰਕਾਰ ਦਾ ਲਗਭਗ ਲੰਘ ਚੁੱਕਾ।
सो देश लई जान कुर्बान करन वाले परिवार की खस्ता हालत का जिम्मेवार आखिरकार कौन है? एक परिवार नहीं, चार परिवारों की हड्डबीती थानू सुना चुके हैं। कला एक होंदा ते मन्या जा सकता कि शायद कोई सियासत है, पर यह चार परिवार और चारों पंजाब के वख वख इलाकों तो गुरदासपुर, बठिंडा, धूरी, पटियाला, चारे परिवारों की तस्वीर थोनों विखाई। और जे होर पंजाब घूम लोगे तो चार नहीं, 4000 भी मिल जाएंगे। और सारे दे हाल यही ने, क्यों आखिरकार इन्हों परिवारों की सार सरकार वालों नहीं ली जा रही? सो किथे गए सरकार दे चोण मैनीफेस्टो दे वादे, जिहड़े वादे पूरे होने चाहिए सी पर वो पूरे होंदे नज़र नहीं आ रहे। अज असी चर्चा इस मसले ते करांगे। कुछ खास मेहमान साडे नाल जुड़े ने, क्योंकि सवाल मैं बार बार कहना कि कांग्रेस पार्टी तो है पर पता नहीं जवाब देने लई क्यों नहीं आते अगे, और जवाब तो कल भी नहीं दिता गया जदों मंत्रियों नूं इन्हां परिवारों ने घेरिया तो सवाल पूछे, उदों भी मंत्री जिहड़े ने उह सवालों का जवाब नहीं दे पाए। दो खास मेहमान स्टूडियो मौजूद ने साडे नाल, भारतीय जनता पार्टी तो अरविंद मित्तल साहब साडे नाल मौजूद ने, श्रोमणी अकाली दल तो साडे नाल गुरविंदर सिंह बाली साहब मौजूद ने। इस तों अलावा एक परिवार दे नाल एक साडे पत्रकार जिहड़े ने धूरी तो वह भी लाइव साडे नाल जुड़ चुके हैं, मैं उन्हां कोल भी जावांगा। पहला बाली साहब ते मित्तल साहब, मैं लगता कि परिवारों की गल एक बार सुन ली है, उस तों बाद फिर इस मसले पर चर्चा। दविंदर साडे पत्रकार इस वेले लाइव साडे नाल जुड़े ने। दविंदर, परिवारों की हालात इन्हां तस्वीरां च नज़र आ रही है कि हालात है? वादे जिहड़े किए गए सी वादे पूरे होए ने? यानी पहला सवाल परिवारों तो यही पुछो जी। जी नवीन जी, स्वतंत्रता जिहड़े संगामी ने साडे नाल नहीं सी, इन्हां नाल गल करदे आ जी। गल है जिहड़े थोड़े सरकारां ने थोड़े नाल वादे किए सी कि वह वादे पूरे होए? कोई पूरा नहीं होया जी। की कहोगे कि इस सरकार नूं की असीं सुनेहा यही जीना चाहोगे? साडा कोई भी वादा ही पूरा नहीं किया गया भी। साडा डैडी देश की आजादी खातर वह करेगा। किन्ना चिर हो गया उन्होंने मतलब कि संसार चो चले गए? 1996 चले गए थे। उस तो बाद की सरकार ने थोड़ी किसी ने सुनी अज तक? कोई नहीं, अज तक किसी ने कुछ नहीं सुनया जी। जी नवीन जी, इन्हों का कहना है भी सरकार ने हाल तक नहीं सुनी, किसी तरह की कुछ नहीं सुनी। 1996 जेलां कट्टियां। ठीक है दविंदर, ठीक है बाली साहब, परिवार कह रहे हैं किसी ने नहीं सुनी, कला यह सरकार नहीं, पिछलिया सरकार ने भी नहीं सुनी, पर जो वादे सरकार ने किए ने 2.5 साल हो गया, थोड़ा लगता है कि जो विरोध कल हो बिल्कुल ठीक हो? देखो गल तो सही है, देखो विरोध तो लोग करेंगे, मैं तुम्हें विस्तार नाल थोड़ा जा जरूर दस देना इस गल कि जी तुम कि पिछलिया सरकार ने नहीं। मैं कह सकता अज मैं अकाली दल का नुमाइंदा, मैं ये कह सकता जे कोई पिछली सरकार बीजेपी और अकाली दल दे विच कोई कमी रह गई तो लोगों ने उस कमी ने यह किया कि शायद आने वाली सरकार करेगी। लोगों ने उन्होंने मैंडेट दिता, लोगों ने उन्होंने हैवी मैंडेट के नाल उन्होंने जिताया। अज 2.5 साल दे विच इस सरकार ने की किया वाजवा जी तुहाडे सामने है, तुसी तां रिपोर्टर हो, तुसी तां सारे पंजाब च घूमदे हो, तुहाडा कैमरा सारे पंजाब च घूमदा। अज मंत्रियां मैनूं ऐ लगदा कि तुसी अज मुद्दा भी बड़ा जबरदस्त उठाया, क्योंकि एक देश दे रक्षक जिहड़े देश नूं संभालण वाले, जिहड़े लोकां नूं सुख दी नींद सुनाउण वाले, उन्हां नाल आ हालत हुंदी है जो अज तुहाडा टीवी दिखा रहा है। अज ते तुसी इहनां दा दिखाया, अज आने वाले समय दे विच अन्नदाता दा किसान दा भी दिखाओगे, तुसी उन्हां स्टूडेंट्स दा, उन्हां यंगस्टर दा भी दिखाओगे, तुसी महिला कानून दा भी दिखाओगे, तुसी उन्हां बजुर्गां दा भी दिखाओगे। मैनूं याद है कि जदों मैं कांग्रेस पार्टी दे विच सी ते अमरिंदर सिंह साहब जदों ने उह सवेरे 8 बजे, वैसे कदी जिंदगी 'च 8 बजे नहीं उठे हो, उह वी सौंदे ही सवेरे 4 बजे ने 5 बजे उह, ते उह 8 बजे उठ के इक शहीद दे घर गए सी पंजाब दे विच, ते 2 लाख रुपया भी दे के आए सी अपने कोलों जदों कांग्रेस प्रधान सन उह, ते वी उन्होंने कहा सी जी जे मेरी सरकार आई तो मैं नौकरी भी देंगा ते 10 लाख रुपया भी देंगा। अज 2.5 साल दे अंदर किसी नूं 10 लाख रुपया मिलिया किसी के शहीद के उत्ते? वह तो देश वास्ते शहीद होया अमरिंदर सिंह जी, और मैं मंत्री सभा नूं कहांगा मंत्री साहब तुहाडे जान नाल उह शहीद ने वापस नहीं आना, उन्हें जिहड़ा मान सम्मान इस भारत के उत्ते पा लिया हैगा वे, उन्हें रक्षा की इस हिंदुस्तान की, मगर तुहाडे जान दे नाल थोड़ी जी मरम पट्टी लगती है। कोई एक रिस्पैक्टेबल कोई स्टेट का मुखिया, कोई मंत्री डिपार्टमेंट का मुखिया साढ़े पंजाब दे विच साढ़े घर दे विच आया तो थोड़ा जा अंदर सहारा लगता है, तो नाल आर्थिक सहायता भी होंदी है। मैनूं नहीं लगता कि कांग्रेस दे विच जित तक अमरिंदर सिंह हैगे ने शायद इस चीज़ नूं ढा लग पाए और गरीबां दी कितें सुनी जावे। कुत्तियां नूं ते जरूर प्यार करदे ने अपने घर दे विच, उहनां दे ते जरूर हत्थ फेरदे ने, मगर अमरिंदर सिंह किसी गरीब आदमी नूं, किसी शहीद नूं, किसी किसान नूं, किसी यंगस्टर नूं, किसी यंग नूं
ਕਦੀ ਨਹੀਂ ਮਿਲਦੇ ਨਾ ਕਿਸੇ ਨੂੰ ਕੋਈ। ਚਲੋ ਉਹ ਵਾਅਦੇ ਹੈ ਬਾਲੀ ਸਾਹਿਬ, ਮੈਂ ਲੇਕਿਨ ਮਿੱਤਲ ਸਾਹਿਬ ਇੱਕ ਚੀਜ਼ ਸਮਝ ਨਹੀਂ ਚਾਹ ਰਿਹਾ ਕਿ ਦੇਸ਼ ਭਗਤੀ ਦੀ ਗੱਲ ਹੁੰਦੀ ਹੈ ਕੈਪਟਨ ਸਾਹਿਬ, ਆਪ ਸਭ ਤੋਂ ਵੱਡੀ ਗੱਲ ਕਿ ਇੱਕ ਫੌਜੀ ਨੇ, ਜਦੋਂ ਫੌਜ ਤੇ ਗੱਲ ਆਉਂਦੀ ਹੈ ਤੇ ਬਿਯੋਂਡ ਪਾਰਟੀ ਲਾਈਨਸ ਆ ਕੇ ਵੀ ਉਹਨਾਂ ਦੇ ਬਿਆਨ ਸਾਹਮਣੇ ਆਉਂਦੇ ਨੇ। ਤੇ ਕੀ ਨਾ ਆਜ਼ਾਦੀ ਦੇ ਜਿਨ੍ਹਾਂ ਦੇ ਕਰਕੇ ਅਸੀਂ ਆਜ਼ਾਦੀ ਮਾਣ ਰਹੇ ਹਾਂ ਨਾ, ਪਰਿਵਾਰਾਂ ਦੇ ਕਰਕੇ, ਉਹਨਾਂ ਦੀ ਸਾਰ ਲੈਣ ਵਿੱਚ ਹੁਣ ਤੱਕ ਦੇਰੀ ਕਿਉਂ ਹੋਈ ਹੈ? 2.5 ਸਾਲ ਦਾ ਸਮਾਂ ਇਹਨਾਂ ਵਾਅਦਿਆਂ ਨੂੰ, ਪਰ ਉਹ ਵਾਅਦੇ ਹੁਣ ਤੱਕ ਪੂਰੇ ਨਹੀਂ। ਦੇਖੋ ਨੰਨੀ ਜੀ, ਮੈਂ ਦੋ ਚੀਜ਼ਾਂ, ਇੱਕ ਤਾਂ ਹੈ ਕਿ 15 ਅਗਸਤ ਨੂੰ ਜਾਂ 26 ਜਨਵਰੀ ਨੂੰ ਜਾਂ ਕੋਈ ਇੱਦਾਂ ਦਾ ਸੈਰੇਮੋਨੀਅਲ ਓਕੇਜ਼ਨ ਆ ਗਿਆ ਤਾਂ ਉਸ ਮੌਕੇ 'ਤੇ ਤੁਸੀਂ 4 ਪਰਿਵਾਰ ਲਿਆਂਦੇ, ਉਹਨਾਂ ਨੂੰ ਸਨਮਾਨਿਤ ਕਰ ਦਿੱਤਾ ਜਾਂ ਉਹਨਾਂ ਨੂੰ ਕੁਛ ਦੇ ਦਿੱਤਾ, ਇਹ ਇੱਕ ਚੀਜ਼ ਹੈ, ਇੱਕ ਸਿੰਬੋਲਿਕ ਚੀਜ਼ ਹੈ, ਇਹ ਸਿਰਫ ਇੱਕ ਦਿਖਾਉਣ ਵਾਸਤੇ ਹੈ। ਇੱਕ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ 'ਚ ਜਿਨ੍ਹਾਂ ਪਰਿਵਾਰਾਂ ਦੇ ਮੁਖੀਆ ਜਿਹੜੇ ਸੀਗੇ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸੇਦਾਰੀ ਪਾਈ, ਔਰ ਇਸ ਗੱਲ ਦਾ ਤਾਂ ਕਿਸੇ ਨੇ ਉਸ ਵੇਲੇ ਖਾਬੋ ਖਿਆਲ 'ਚ ਨਹੀਂ ਸੋਚਿਆ ਕਿ ਕਦੇ ਸਾਨੂੰ ਆਜ਼ਾਦੀ ਵੀ ਮਿਲੇਗੀ। ਜਦੋਂ ਉਹਨਾਂ ਨੇ ਉਹ ਜਦੋਂ ਸਾਡੇ ਉਹ ਬਜ਼ੁਰਗ ਜਿਨ੍ਹਾਂ ਨੇ ਲੜਾਈ ਲੜੀ ਤਾਂ ਉਹ ਤਾਂ ਕੋਈ ਸੋਚਦਾ ਹੀ ਨਹੀਂ ਸੀ ਕਦੇ ਆਜ਼ਾਦ ਹੋਏਗਾ, ਕਿਉਂਕਿ ਅੰਗਰੇਜ਼ ਦੇ ਰਾਜ ਦੇ ਬਾਰੇ 'ਚ ਤਾਂ ਕਿਹਾ ਜਾਂਦਾ ਸੀ ਕਿ ਸੂਰਜ ਕਦੇ ਛੁਪਦਾ ਹੀ ਨਹੀਂ, ਬਿਲਕੁਲ ਅੰਗਰੇਜ਼ ਦਾ ਸੂਰਜ ਤਾਂ ਹਮੇਸ਼ਾ ਚੜ੍ਹਾਈ 'ਤੇ ਰਹਿੰਦਾ। ਪਰ ਇਹ ਘਲਾਟਿਆਂ ਦੇ ਘਲਾਟਿਆਂ ਦੀ ਜਿਹੜੀ ਇਹ ਕੁਰਬਾਨੀ ਸੀ, ਕਈਆਂ ਦੀਆਂ ਜਾਨਾਂ ਗਈਆਂ, ਕਈ ਬੱਚੇ ਵੀ, ਇਹ ਉਹਨਾਂ ਦੀ ਲੜਾਈ ਦਾ ਸਦਕਾ ਹੈ ਕਿ ਅੱਜ ਅਸੀਂ ਬੈਠੇ ਹਾਂ, ਅੱਜ ਅਸੀਂ ਪਰਿਵਾਰਾਂ 'ਚ ਖੁਸ਼ਹਾਲੀ ਨਾਲ ਜੀ ਰਹੇ ਹਾਂ, ਔਰ ਅਸੀਂ ਇੱਥੇ ਆਪਣੀਆਂ ਸਰਕਾਰਾਂ ਬਣਾ ਰਹੇ ਹਾਂ, ਹਿੰਦੁਸਤਾਨ ਖੁਦ ਮੁਖਤਿਆਰ ਹੈ, ਪ੍ਰਦੇਸ਼ ਖੁਦ ਮੁਖਤਿਆਰ ਹੈ, ਔਰ ਆਪਣੇ ਆਪਣੇ ਕੰਮ ਅਸੀਂ ਆਪਣੇ ਨਾਲ ਕਰ ਰਹੇ ਹਾਂ। ਲੇਕਿਨ ਜੇ ਅਸੀਂ ਉਹਨਾਂ ਦੀ ਜਿਹੜੇ ਪਰਿਵਾਰ ਅੱਗੇ ਬਚ ਗਏ, ਜਿੱਦਾਂ ਨੇ ਕਦੇ ਕੁਛ ਕੀਤਾ ਨਹੀਂ, ਅੱਜ ਉਹਨਾਂ ਪਰਿਵਾਰਾਂ ਨੂੰ ਖੜੇ ਕਰਨ ਵਾਸਤੇ ਜੋ ਰੋਜ਼ਮਰਾ ਦੀ ਜ਼ਿੰਦਗੀ 'ਚ ਉਹਨਾਂ ਨੂੰ ਮਦਦ ਚਾਹੀਦੀ ਹੈ, ਜੇ ਉਹ ਨਹੀਂ ਦੇਵਾਂਗੇ ਤਾਂ ਜਿਸ ਤਰੀਕੇ ਦੇ ਕੱਲ੍ਹ ਸਾਨੂੰ ਵਿਰੋਧ ਦੇਖਣੇ ਪਏ ਤਾਂ ਇਹ ਦੇਖਣ ਨੂੰ ਮਿਲਣਗੇ, ਕਿਉਂਕਿ ਸਿੰਬੋਲਿਕ ਚੀਜ਼ਾਂ ਦੇ ਨਾਲ ਇਸ ਤਰੀਕੇ ਦੀਆਂ 1-2-3 ਕਾਰਵਾਈਆਂ ਕਰਨ ਦੇ ਨਾਲ ਤੁਸੀਂ ਕਿਸੇ ਦੇ ਦੁੱਖ ਤਕਲੀਫ ਨੂੰ ਦੂਰ ਨਹੀਂ ਕਰ ਸਕਦੇ। ਠੀਕ, ਦੁੱਖ ਤਕਲੀਫ ਦੂਰ ਕਰਨਾ ਹੈ ਤਾਂ ਤੁਹਾਨੂੰ ਉਹਨਾਂ ਦੀ ਰੋਜ਼ਮਰਾ ਜ਼ਿੰਦਗੀ 'ਚ, ਜਿਵੇਂ ਪੈਨਸ਼ਨ ਦੀ ਗੱਲ ਤੁਸੀਂ ਕੀਤੀ, ਇਹਨਾਂ ਨੇ ਨੌਕਰੀ ਦਾ ਵਾਅਦਾ ਕੀਤਾ, ਨੌਕਰੀ ਪੈਟਰੋਲ ਪੰਪ ਦੀ ਗੱਲ ਕੀਤੀ, ਗੈਸ ਏਜੰਸੀ ਦੀ ਗੱਲ ਕੀਤੀ, ਪਲੋਟਾਂ ਦੀ ਗੱਲ ਹੋਈ, ਨੌਕਰੀਆਂ ਦੀ ਮੈਂ ਗੱਲ ਕਰਾਂ ਤਾਂ ਨੌਕਰੀਆਂ ਦੀ ਗੱਲ ਤਾਂ ਕਿਸੇ ਨੂੰ ਵੀ ਨਹੀਂ ਮਿਲੀ, ਪੰਜਾਬ ਦੇ ਵਿੱਚ ਤਾਂ ਘਰ ਘਰ ਦੀ ਗੱਲ ਕੀਤੀ ਇਹਨਾਂ ਨੇ, ਨਾ ਕਿਸੇ ਨੂੰ ਪੈਟਰੋਲ ਪੰਪ ਤਾਂ ਬਹੁਤ ਦੂਰ ਦੀ ਗੱਲ ਹੈ, ਨੌਕਰੀ ਤੱਕ ਨਹੀਂ ਦਿੱਤੀ ਇਹਨਾਂ ਨੇ ਕਿਸੇ ਨੂੰ। ਤਾਂ ਇਸ ਕਰਕੇ ਜਦੋਂ ਇਹ ਚੀਜ਼ਾਂ, ਜਦੋਂ ਰੋਟੀ ਖਾਣ ਤੋਂ ਵੀ ਕੋਈ ਮੁਹਤਾਜ ਹੋ ਜਾਵੇ, ਜਦੋਂ ਉਹਨਾਂ ਦੀ ਇਸ ਤਰੀਕੇ ਦੇ ਨਾਲ ਬੇਕਦਰੀ ਹੁੰਦੀ ਹੈ, ਤਾਂ ਫਿਰ ਉਹਨਾਂ ਨੂੰ ਉਹ ਜਿਹੜੇ ਪਰਿਵਾਰ ਆ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡੇ ਬਜ਼ੁਰਗਾਂ ਨੇ ਕੋਈ ਗਲਤੀ ਤਾਂ ਨਹੀਂ ਕੀਤੀ। ਲੇਕਿਨ ਮੈਂ ਇਹ ਸਮਝਦਾ ਕਿ ਇਸ ਵੱਲ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ, ਕਿਉਂਕਿ ਬਹੁਤ ਜਿਹੜਾ ਹੈਗਾ ਉਹ ਵੱਡੀ ਗਿਣਤੀ ਨਹੀਂ ਹੈ, ਪੰਜਾਬ ਦੇ ਵਿੱਚ ਗਿਣਤੀ ਥੋੜ੍ਹੀ ਹੈ, ਤੁਸੀਂ ਕਮ ਸੇ ਕਮ ਪੈਨਸ਼ਨ ਤਾਂ ਦਿਓ ਉਹਨਾਂ ਨੂੰ, ਉਹਨਾਂ ਦੇ ਘਰ ਰੋਟੀ ਪੱਕ ਦੀ ਤਾਂ ਹੋਵੇ, ਤੁਸੀਂ ਗੈਸ ਏਜੰਸੀ ਦੀ ਗੱਲ ਕਰਦੇ ਹੋ, ਕੁਛ ਗੈਸ ਏਜੰਸੀਆਂ ਤਾਂ ਦਿਓ ਤਾਂ ਕਿ ਕਮ ਸੇ ਕਮ ਉਹ ਇੱਕ ਨੂੰ ਗੈਸ ਏਜੰਸੀ ਮਿਲੇਗੀ ਕਿ ਇੱਕ ਨੂੰ ਪੈਟਰੋਲ ਪੰਪ ਮਿਲੇਗਾ ਤਾਂ 10 ਪਰਿਵਾਰਾਂ ਦੇ ਮੈਂਬਰਾਂ ਨੂੰ, 10 ਬੰਦਿਆਂ ਨੂੰ ਹੋਰ ਉਹ ਨਾਲ ਆਪਣੇ ਨੌਕਰੀ ਦੇ ਸਕੇਗਾ। ਚਲੋ ਉਹ ਸ਼ਹੀਦ ਜਿਹੜੇ ਸਾਡੇ ਕੋਈ ਆਜ਼ਾਦੀ ਦੇ ਹੋਰ ਘਲਾਟੇ, ਉਹਨਾਂ ਨੂੰ ਹੀ ਉੱਥੇ ਕੰਡੀਸ਼ਨ ਰੱਖ ਦਿਓ ਕਿ ਜਿਹੜੀ ਨੌਕਰੀ ਉਹਨਾਂ ਨੇ ਅੱਗੇ ਆਪਣੇ ਕੋਲ ਇੰਪਲੋਈ ਰੱਖਣੇ ਆ, ਉਹਨਾਂ ਪਰਿਵਾਰਾਂ ਦੇ ਹੀ ਬੱਚੇ ਰੱਖਣੇ, ਤਾਂ ਕਿ ਇੱਕ ਕੰਮ ਦੇ ਨਾਲ 4-6-8 ਪਰਿਵਾਰ ਉਹਦੇ 'ਚ ਐਡਜਸਟ ਹੋ ਸਕਣ। ਬਿਲਕੁਲ, ਲੇਕਿਨ ਸਰਕਾਰ ਇਸ ਵੱਖੋਂ ਐਸਾ ਲੱਗਦਾ ਕਿ ਬਿਲਕੁਲ ਵੀ ਜਿਹੜੀ ਸੈਂਸਿਟਿਵਨੈਸ ਸਰਕਾਰ, ਮਤਲਬ ਤੁਸੀਂ ਕਹਿਣਾ ਨਜ਼ਰ ਨਹੀਂ ਆ ਰਹੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਘਰ ਘਰ ਨੌਕਰੀ ਦਾ ਵਾਅਦਾ ਸੀ, ਪ੍ਰਾਈਵੇਟ ਕਾਲਜਾਂ 'ਚ ਜਾ ਕੇ ਰੋਜ਼ਗਾਰ ਮੇਲੇ ਲਾ ਤੇ ਘੱਟੋ ਘੱਟ ਐਵੇਂ ਦੇ ਦਿਓ। ਮੈਂ ਹੁਣ ਹੋਰ ਮੈਂ ਕੀ ਕਹਾਂ, ਦੇਖੋ ਨਵਨੀਤ ਜੀ ਤੁਸੀਂ ਮੈਨੂੰ ਇੱਕ ਗੱਲ ਸਮਝੋ, ਪੂਰੇ ਪੰਜਾਬ 'ਚ ਵਾਅਦਾ ਕੀਤਾ ਕਿ ਅਸੀਂ ਘਰ ਘਰ ਨੌਕਰੀ ਦੇਣੀ ਹੈ, ਤੇ ਅੱਜ ਸਰਕਾਰ ਕੀ ਕਹਿੰਦੀ ਹੈ, ਅਸੀਂ ਰੋਜ਼ਗਾਰ ਮੇਲੇ ਲਾ ਕੇ ਤੁਹਾਨੂੰ ਨੌਕਰੀਆਂ ਦੇ ਦਿੱਤੀਆਂ। ਠੀਕ, ਜੇ ਤੁਸੀਂ ਔਰ ਰੋਜ਼ਗਾਰ ਮੇਲਿਆਂ ਦਾ ਹਾਲ ਜੇ ਡਿਸਕਸ ਕੀਤਾ ਜਾਵੇ ਤਾਂ ਰੋਜ਼ਗਾਰ ਮੇਲਿਆਂ 'ਚ ਕੀ ਹੈ, ਮੇਰੇ ਹਲਕੇ 'ਚ ਰੋਜ਼ਗਾਰ ਮੇਲਾ ਲੱਗਿਆ ਨੰਗਲ ਸ਼ਹਿਰ ਦੇ ਵਿੱਚ, ਉੱਥੇ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਪਾਉਣ ਦੇ ਕੰਮ ਵਾਸਤੇ ਨੌਕਰੀ ਦਿੱਤੀ, ਜੇ ਅਸੀਂ ਰੋਜ਼ਗਾਰ ਮੇਲੇ ਨੌਕਰੀ ਦਿੱਤੀ। ਦੱਸੋ ਇਹ ਕੱਪੜੇ ਵਾਲੇ ਦੁਕਾਨ ਦੇ ਉੱਤੇ ਇੱਕ ਸੇਲਸਮੈਨ ਦੀ ਨੌਕਰੀ ਦਿੱਤੀ, ਅਸੀਂ ਜੀ ਰੋਜ਼ਗਾਰ ਮੇਲੇ 'ਚ ਨੌਕਰੀ ਦਿੱਤੀ। ਹੁਣ ਸਰਕਾਰਾਂ ਦਾ ਕੰਮ ਆਹ ਨੌਕਰੀਆਂ ਦੇਣਾ ਰਹਿ ਗਿਆ, ਇਹ ਤਾਂ ਨੌਕਰੀ ਜਿਸ ਬੰਦੇ ਨੂੰ ਦੁਕਾਨਦਾਰ ਨੂੰ ਲੋੜ ਹੈ ਉਹ 2 ਦਿਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਨੌਕਰੀ ਲੱਭ ਲਵੇਗਾ, ਪਰਿਵਾਰ ਰੋਜ਼ਗਾਰ ਮੇਲੇ ਤੇ ਨੌਕਰੀ ਕਰਨ ਚਲਾ ਗਿਆ ਤੇ ਫਿਰ ਸਰਕਾਰ ਉਹਦੇ ਤੇ ਵੀ ਕਲੇਮ ਕਰ ਦੇਗੀ, ਉਹਦੇ ਤੇ ਵੀ ਕਲੇਮ ਕਰੇਗੀ। ਸੋ ਮਤਲਬ ਸਰਕਾਰ ਸੀਰੀਅਸਨੈਸ ਹੈ ਨਹੀਂ, ਸੈਂਸਿਟਿਵਨੈਸ ਹੈ ਨਹੀਂ, ਕਮ ਸੇ ਕਮ ਉਹ ਪਰਿਵਾਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਹੈ ਔਰ ਕੁਰਬਾਨੀਆਂ ਕੀਤੀਆਂ, ਆਪਣਾ ਕੁਛ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਬਹੁਤ ਸਾਰੇ ਪਰਿਵਾਰ ਐਸੇ ਵੀ ਨਜ਼ਰ ਆਉਂਦੇ, ਮੈਂ ਕਿਸੇ ਦੇ ਉੱਤੇ ਉਂਗਲੀ ਨਹੀਂ ਕਰਦਾ, ਲੇਕਿਨ ਬਹੁਤ ਸਾਰੇ ਪਰਿਵਾਰ ਐਸੇ ਵੀ ਨਜ਼ਰ ਆਉਂਦੇ ਜਿਨ੍ਹਾਂ ਨੇ ਉਸ ਵੇਲੇ ਦੀ ਹਕੂਮਤ ਦੀ ਮਦਦ ਵੀ ਕੀਤੀ ਤੇ ਅੱਜ ਵੀ ਮੌਜਾਂ ਮਾਣ ਰਹੇ। ਬਾਲੀ ਸਾਹਿਬ ਇੱਕ ਚੀਜ਼ ਸਮਝ ਨਹੀਂ ਚਾਹ ਰਹੇ, ਤੁਸੀਂ ਤੇ ਖੈਰ ਕਾਂਗਰਸ ਪਾਰਟੀ ਦਾ ਹਿੱਸਾ ਰਹੇ ਹੋ, ਉਸ ਸਿਸਟਮ ਨੂੰ ਵੀ ਸਮਝਦੇ ਹੋ। ਜਦੋਂ ਆਜ਼ਾਦੀ ਦੀ ਜੰਗ ਹੋਈ ਤਾਂ ਕਿਹਾ ਜਾਂਦਾ ਕਿ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਰੋਲ
ਹਿੰਦੁਸਤਾਨ 'ਚੋਂ ਜੇ ਇਕੱਲੇ ਪੰਜਾਬ 'ਚ ਇਸ ਵੇਲੇ ਤੁਹਾਨੂੰ ਲੱਗ ਰਿਹਾ ਕਿ ਅੱਛੀ ਮੈਜੋਰਿਟੀ ਦੇ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਹੈ, ਘੱਟੋ ਘੱਟ ਇੱਥੇ ਤਾਂ ਸਾਰ ਲੈਣੀ ਚਾਹੀਦੀ ਉਸ ਪਾਰਟੀ ਨੂੰ, ਇੱਥੇ ਵੀ ਸਾਰ ਨਾ ਲੈਣਾ ਇਹਨਾਂ ਪਰਿਵਾਰਾਂ ਦੀ ਕਿ ਪਾਰਟੀ ਨੂੰ ਲੈ ਕੇ ਜਿਹੜੀ ਪੋਲਿਸੀ ਹੈ ਚੇਂਜਸ ਹੋਈ ਹੈ ਉਹ ਦਰਸਾਉਂਦਾ, ਮੁੱਖ ਮੰਤਰੀ ਦਾ ਢਿਲਮੁਲ ਰਵੱਈਆ ਦਰਸਾਉਂਦਾ, ਜਾਂ ਜਿਵੇਂ ਕਿ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਕਿ ਤੁਹਾਡੇ ਵਰਗੇ ਵਿਰੋਧੀ ਕਹਿੰਦੇ ਸਰਕਾਰ ਨਾਲ ਦੀ ਚੀਜ਼ ਹੀ ਕੋਈ ਨਹੀਂ ਹੈਗੀ, ਜਾਂ ਵਾਕਈ ਉਹ ਚੀਜ਼ ਜਿਹੜੀ ਉਹ ਖਤਮ ਹੀ ਹੋ ਗਈ ਹੈ। ਬਿਲਕੁਲ ਠੀਕ ਤੁਸੀਂ ਕਿਹਾ ਕਿ ਅਸੀਂ ਕਹਿੰਦੇ ਹਾਂ, ਡਟ ਕੇ ਕਹਿੰਦੇ ਹਾਂ, ਹਰ ਟੀ ਵੀ ਦੇ ਉੱਤੇ ਕਹਿੰਦੇ ਕਿ ਸਰਕਾਰ ਨਾਲ ਦੀ ਚੀਜ਼ ਹੀ ਨਹੀਂ ਕੋਈ। ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਸਰਕਾਰ ਚਲਾ ਰਹੇ ਨੇ, ਜਿਨ੍ਹਾਂ ਦੀ ਸ਼ਕਲ ਨੂੰ ਦੇਖ ਕੇ ਲੋਕਾਂ ਨੇ ਵੋਟਿਆਂ ਦਿੱਤੇ ਸੀ, ਉਹ ਕਿੱਥੇ ਗਏ ਅਮਰਿੰਦਰ ਸਿੰਘ ਸਾਹਿਬ ਮੈਨੂੰ ਤਾਂ ਇਹੀ ਨਹੀਂ ਪਤਾ ਹੈਗਾ। 2007 ਵਾਲੇ, 2005-04 ਵਾਲੇ ਅਮਰਿੰਦਰ ਸਿੰਘ ਸਾਹਿਬ ਕਿੱਥੇ ਗਏ, ਜਿਹੜੇ ਬੜੇ ਬੋਲਡ ਸਟੈਪ ਲੈਂਦੇ ਸੀ। ਮੈਂ ਤਾਂ 1998 ਤੋਂ ਉਹਨਾਂ ਦੇ ਨਾਲ ਸੀ, ਅਤੇ ਮੈਂ ਤਾਂ ਉਹਨਾਂ ਨੂੰ ਦੇਖਦਾ ਸੀ ਵੀ ਜਿਹੜੇ ਉਹਨਾਂ ਦੇ ਸਟੈਪ ਹੁੰਦੇ ਸੀ, ਕਰ ਦਿਓ ਕੀ ਆ ਜਾਏਗਾ ਹੋ ਜਾਏਗਾ, ਮਤਲਬ 3 ਗੱਲਾਂ ਹੁੰਦੀਆਂ ਸੀ ਅਤੇ ਕੰਮ ਹੋ ਜਾਂਦਾ ਸੀ। ਅੱਜ ਉਹ ਚੀਜ਼ਾਂ ਨਹੀਂ ਹੈਗੀਆਂ। ਜਿਹੜੀਆਂ ਤੁਸੀਂ ਆਜ਼ਾਦੀ ਦੀ ਗੱਲ ਕੀਤੀ, ਅੱਜ ਪਾਰਟੀਆਂ ਬਣ ਗਈਆਂ, ਉਹ ਵਾਲੇ ਲੀਡਰ ਹੀ ਨਹੀਂ ਰਹੇ, ਉਹ ਜਿਹੀਆਂ ਸੋਚ ਹੀ ਨਹੀਂ ਰਹੀਆਂ, ਉਹ ਜੀ ਗੱਲਬਾਤ ਹੀ ਨਹੀਂ ਰਹੀ ਜਿੰਨਾ ਕੁ ਮੈਂ ਸ਼ੁਰੂ ਕੀਤਾ ਸੀ 35 ਸਾਲ ਤੋਂ ਲੈ ਕੇ ਹੁਣ ਤੱਕ, ਜਦੋਂ ਮੈਂ 3-4 ਮਹੀਨੇ ਪਹਿਲੇ ਛੱਡੀਏ, ਉਹ ਲੀਡਰਾਂ ਦਾ ਸਫਾਇਆ ਹੋ ਚੁੱਕਾ। ਅੱਜ ਮੈਨੂੰ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈਗਾ, ਹੈ ਮੈਂ ਅਕਾਲੀ ਦਲ ਦਾ ਨੁਮਾਇੰਦਾ, ਮੈਨੂੰ ਕਹਿਣ 'ਚ ਕੋਈ ਨਹੀਂ ਬੇਅੰਤ ਸਿੰਘ ਵਰਗੇ ਖਤਮ ਹੋ ਗਏ, ਮੈਂ ਕਹਾਂ ਦਰਬਾਰਾ ਸਿੰਘ ਜੀ ਵਰਗੇ ਚਲੇ ਗਏ, ਮੈਂ ਕਹਾਂ ਕਿ ਗਿਆਨੀ ਜੈਲ ਸਿੰਘ ਜੀ ਵਰਗੇ ਚਲ ਗਏ, ਹੱਥ ਫੜ ਕੇ ਕਹਿ ਦਿੰਦੇ ਹੁੰਦੇ ਸੀ ਕਿ ਕਿੱਧਰ ਜਾ ਰਹੇ ਹੋ ਕਾਕਾ, ਕਿੱਧਰ ਆਏ ਹੋ, ਕੀ ਗੱਲ ਵਾ। ਜੇ ਮੈਂ ਤੁਹਾਨੂੰ ਸਟੋਰੀ ਸੁਣਾਵਾਂ ਤਾਂ ਹਿੰਦੁਸਤਾਨ ਦੇ ਰਾਸ਼ਟਰਪਤੀ ਨੇ ਮੈਨੂੰ ਰੋਡ 'ਤੇ ਖੜਾ ਹੋ ਕੇ ਇੰਨੀ ਗੱਲ ਕਹੀ ਸੀ, ਅਤੇ ਮੈਂ ਆਪਣੇ ਭਰਾ ਦੇ ਨਾਲ ਮੋਟਰਸਾਈਕਲ 'ਚ ਜਾ ਰਿਹਾ ਸੀ। ਮੈਂ ਉਹਨਾਂ ਨੂੰ ਪੁੱਛ ਲਿਆ, ਸਿੰਘ ਸਭਾ ਨੂੰ ਉੱਥੇ ਖੜੇ ਸਨ DIG ਸਾਹਿਬ, ਮੈਂ ਉਹਨਾਂ ਨੂੰ ਪੁੱਛ ਲਿਆ ਸਰ ਕੌਣ ਆ ਰਹੇ ਨੇ, ਕਹਿੰਦੇ ਗਿਆਨੀ ਜੈਲ ਸਿੰਘ ਜੀ ਆ ਰਹੇ ਨੇ। ਮੈਂ ਕਿਹਾ ਸਰ ਮੈਂ ਮਿਲ ਸਕਦਾ, ਕੋਈ ਇੰਨੀ ਪੁਲਿਸ ਦਾ ਇੰਤਜ਼ਾਮ ਨਹੀਂ ਸੀ ਉਦੋਂ, ਮਗਰ ਉਹਨਾਂ ਨੇ ਕਿਹਾ ਜੀ ਬਿਲਕੁਲ ਮਿਲੋ, ਅਤੇ ਮੈਂ ਗਿਆਨੀ ਜੈਲ ਸਿੰਘ ਜੀ ਨੂੰ ਮਿਲਿਆ, ਅਤੇ ਉਹਨਾਂ ਨੇ ਮੈਂ ਦੱਸੀ ਉਹਨਾਂ ਨੂੰ ਮੈਂ ਮੁਹਾਲੀ ਦੀ ਗੱਲ ਕਿ ਸਰ ਮੈਂ ਤੁਹਾਡੇ ਨਾਲ ਜੇਲ੍ਹ 'ਚ ਰਿਹਾ, ਤਾਂ ਤੁਸੀਂ ਸਾਡੇ ਨਾਲ ਜੇਲ੍ਹ 'ਚ ਆ ਵਿਹਾਰ ਕਰਦੇ, ਅਤੇ ਮੈਨੂੰ ਉਹਨਾਂ ਨੇ ਗਲੇ ਲਾ ਲਿਆ। ਕਿੱਥੇ ਗਏ ਉਹ ਲੀਡਰ? ਕਿਆ ਅੱਜ ਉਹ ਮੁੱਖ ਮੰਤਰੀ ਹੈਗੇ ਨੇ? ਕਿਆ ਅੱਜ ਉਹਨਾਂ ਦੀ ਸੋਚ ਉਹ ਜੀ ਹੈਗੀ ਹੈ? ਬੇਅੰਤ ਸਿੰਘ ਨੂੰ ਮੈਂ ਮਿਲਿਆ, ਸਰਦਾਰ ਬੇਅੰਤ ਸਿੰਘ ਜੀ ਨੂੰ ਜਦੋਂ ਮੈਂ ਮਿਲਿਆ, ਸ਼ਹੀਦੀ ਆਜ਼ਮ ਨੂੰ ਉੱਥੇ ਭੋਪਾਲ ਦੇ ਵਿੱਚ ਚੱਲ ਰਿਹਾ ਸੀ ਜੀ ਸੈਸ਼ਨ, ਅਤੇ ਮੈਂ ਆਪਣਾ ਸ਼ਾਰਟ ਨਾਂ ਦੱਸ ਕੇ, ਉਹ ਕਹਿੰਦੇ ਯਾਰ ਤੂੰ ਪੱਥਰਾਂ 'ਚ ਕੀ ਸਿਰ ਮਾਰਦਾ? ਮੈਂ ਕਿਹਾ ਸਰ ਮਿਲਣ ਵਾਸਤੇ ਆਏ ਨੇ ਮੰਤਰੀ ਇੱਥੇ, ਦੇ ਉਹਨਾਂ ਨੇ ਮੈਨੂੰ ਕਹਿੰਦੇ ਨਹੀਂ ਨਹੀਂ ਮੇਰੇ ਕੋਲ ਟਾਈਮ ਨਹੀਂ ਹੈਗਾ, 1.5 ਘੰਟਾ ਲਾਇਆ ਉਹਨਾਂ ਨੇ ਸਾਡੇ ਨਾਲ ਉੱਤੇ, ਅਤੇ ਦਰਬਾਰਾ ਸਿੰਘ ਜੀ ਸਾਡੇ ਘਰ ਬੈਠ ਕੇ ਚਾਹ ਪੀ ਕੇ ਗਏ। ਮੈਂ ਵਰਕਰ ਸੀ ਨਾ ਪਾਰਟੀ ਦਾ, ਮੈਂ ਕੋਈ ਲੀਡਰ ਤੁਹਾਡੀ ਸੀ, ਮੈਂ ਕੋਈ MLA ਤੁਹਾਡੀ ਸੀ, ਮੈਂ ਕੋਈ ਮਿਨਿਸਟਰ ਤੁਹਾਡੀ ਸੀ, ਆਹ ਸੀ ਉਹਨਾਂ ਲੀਡਰਾਂ ਦੀ ਕੰਮ। ਅਤੇ ਅੱਜ ਦੇ ਮੁੱਖ ਮੰਤਰੀ ਦੀ 2 ਕਿਲੋਮੀਟਰ ਦੂਰੋਂ ਹੀ ਭਜਾ ਦਿੰਦੇ ਨੇ ਬੰਦੇ ਨੂੰ, ਪੁਲਿਸ ਵਾਲੇ ਜਣੇ ਨੇੜੇ ਨਹੀਂ ਲੱਗਣ ਦਿੰਦੇ, ਫਿਰ ਪਬਲਿਕ ਨੂੰ ਮਿਲੋਗੇ? ਕਹਤੇ ਇਹੀ ਪਰਿਵਾਰ ਇਹ ਵੀ ਰਹੇ ਨੇ ਕਿ ਅਸੀਂ ਵੀ ਕਈ ਵਾਰ ਗੁਜ਼ਾਰਿਸ਼ਾਂ ਕਰ ਲਈਆਂ, ਮਿਲਣ ਦੀਆਂ ਕੋਸ਼ਿਸ਼ਾਂ ਕਰ ਲਈਆਂ। ਮੈਂ ਹੁਣ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲ ਕਰਦਾ ਤੁਹਾਡੇ ਸਾਹਮਣੇ, ਅੱਜ ਸੁਖਬੀਰ ਸਿੰਘ, ਕਿਉਂਕਿ ਮੈਂ ਉਸ ਪਾਰਟੀ 'ਚ, ਮੈਨੂੰ ਗੱਲ ਕਰਨੀ ਬੜੀ ਜ਼ਰੂਰੀ ਹੈ ਇਸ ਗੱਲ ਦੀ। ਉਹਦਾ ਕਾਰਨ ਹੈ, ਕਿਉਂ ਲਾਉਂਦੇ ਸੀ? ਅਸੀਂ ਵੀ ਵਿਰੋਧ ਤਾਂ ਕਰਦੇ ਸੀ, ਮਗਰ ਉਹਦਾ ਕਾਰਨ ਕੀ ਹੈ ਕਿ ਜਗ੍ਹਾ ਜਗ੍ਹਾ ਜਾਂਦੇ ਸੀ, ਜਗ੍ਹਾ ਜਗ੍ਹਾ ਲੋਕਾਂ ਦੇ ਕੋਲ ਸੰਗਤ ਦਰਸ਼ਨ ਕਰਦੇ ਸੀ, ਕੁਛ ਨਾ ਕੁਛ ਸਾਲ ਵੀ ਕਰਦੇ ਸੀ, ਕੁਛ ਨਾ ਕੁਛ ਜਾ ਕੇ ਲੋਕਾਂ ਨੂੰ ਦਿੰਦੇ ਹੀ ਸੀ ਨਾ, ਲੋਕਾਂ ਕੋਲੋਂ ਵੋਟਾਂ ਵੀ ਲੈਣੀਆਂ, ਲੋਕਾਂ ਨੂੰ ਕਹਿਣਾ ਵੀ ਹੈ, ਡਿਵੈਲਪਮੈਂਟ ਵੀ ਕੀਤੀ ਹੈ ਪੰਜਾਬ। ਮੈਂ ਕਹਾਂ ਕਿ ਡਿਵੈਲਪਮੈਂਟ ਕੀਤੀ ਹੈ, ਕਿਉਂਕਿ ਮੈਂ ਨੁਮਾਇੰਦਾ ਮੁੱਖ ਮੰਤਰੀ ਨੇ ਪਹਿਲੀ ਮੀਟਿੰਗ ਬੰਬੇ 'ਚ ਕੀਤੀ ਜਦੋਂ ਇਹ ਗੱਲ ਕਹੀ ਕਿ ਪੰਜਾਬ ਦੇ ਅੰਦਰ ਸਰਪ੍ਰਸ ਬਿਜਲੀ ਹੈਗੀ ਹੈ, ਸੜਕਾਂ ਦਾ ਨਿਰਮਾਣ ਬਹੁਤ ਕੀਤਾ ਹੋਇਆ, ਫਲਾਈਓਵਰ ਨਿਰਮਾਣ ਬਹੁਤ ਜ਼ਿਆਦਾ, ਇਨਫਰਾਸਟ੍ਰਕਚਰ ਬਹੁਤ ਵਧੀਆ ਸਾਡਾ ਪੰਜਾਬ ਦੇ ਅੰਦਰ। ਇਹ ਮੈਂ ਕਹਾਂ ਤਾਂ ਗੱਲ ਹੋਏਗੀ, ਕਿਉਂਕਿ ਮੈਂ ਨੁਮਾਇੰਦਾ ਅਕਾਲੀ ਦਲ ਦਾ, ਇਹ ਤਾਂ ਮੁੱਖ ਮੰਤਰੀ ਪੰਜਾਬ ਕਹਿ ਰਹੇ ਇਸ ਚੀਜ਼ ਨੂੰ। ਅਤੇ ਅੱਜ 2.5 ਸਾਲ ਦੇ ਵਿੱਚ ਕੀ ਹੋ ਗਿਆ? ਮਨਪ੍ਰੀਤ ਬਾਦਲ ਕਹਿੰਦਾ ਸਾਡੇ ਬਿਆਨ ਤੋਂ ਬਾਅਦ ਕਿ ਬੜਾ ਪੈਸਾ ਜੀ, ਸਾਡੇ ਕੋਲ ਕੋਈ ਕਮੀ ਨਹੀਂ, ਅਤੇ ਤੀਜੇ ਦਿਨ ਇਹ ਕਹਿ ਦਿੰਦੇ ਨੇ ਸਾਡੇ ਕੋਲ ਤਾਂ ਪੈਸਾ ਹੀ ਹੈ ਨਹੀਂ। ਜੇ ਫਲਾਡਾ 'ਚ ਵੀ ਇਹ ਕਹਿ ਦੇਣਗੇ ਜੀ ਸੈਂਟਰ ਕੋਲ ਜਾਣਾ, ਜੇ ਡੈਮ ਟੁੱਟ ਜੇ ਇਹ ਕਹਿ ਦੇਣਗੇ ਸੈਂਟਰ ਕੋਲ ਜਾਣਾ, ਜੇ ਟੀਚਰਸ ਦੀ ਤਨਖਾਹ ਵਧਾਉਣੀ ਹੈ ਸੈਂਟਰ ਕੋਲ ਜਾਣਾ, ਜੇ ਲੋਨ ਜਿਹੜੇ ਨੇ ਕਿਸਾਨਾਂ ਨੂੰ ਦੇਣੇ ਨੇ ਸੈਂਟਰ ਕੋਲ ਜਾਣਾ, ਤਾਂ ਤੁਸੀਂ ਕੀ ਲੈਣ ਆਇਓ ਜੀ ਪੰਜਾਬ ਦੇ ਵਿੱਚ? ਜੇ ਸੈਂਟਰ ਨਹੀਂ ਲਿਆਉਣਾ ਤਾਂ ਅਸੀਂ ਮੋਦੀ ਸਾਹਿਬ ਨੂੰ ਹੱਥ ਜੋੜ ਕੇ ਕਹਿ ਦੇਵਾਂਗੇ ਕਿ ਮੋਦੀ ਸਾਹਿਬ ਇੱਥੇ ਵੀ ਸ਼ਾਮਲ ਹੋ, ਫਿਰ ਹੋਰ ਕੀ ਹੈ? ਜੇ ਇਹਨੇ ਸੈਂਟਰ ਕੋਲ ਹੀ ਜਾਣਾ ਤਾਂ ਸੈਂਟਰ ਕੋਲ ਪਿਛਲੇ 2 ਮਹੀਨੇ 'ਚ ਕਿੰਨੀ ਵਾਰੀ ਵੀ? ਚਲੋ ਮੈਂ ਇੱਕ ਵਾਰੀ ਨਾ ਇਹਨਾਂ ਪਰਿਵਾਰਾਂ ਤੋਂ ਵੀ ਪੁੱਛ ਲੈਣਾ ਕਿ ਸੈਂਟਰ ਕੀ ਕਰ ਰਿਹਾ। ਖੈਰ ਦਵਿੰਦਰ, ਇਕੱਲਾ ਪੰਜਾਬ ਸਰਕਾਰ ਜਾਂ ਹੁਣ ਚੂੰਕਿ ਦੋਵੇਂ ਬੁਲਾਰੇ ਵੀ ਬੈਠੇ ਨੇ, ਭਾਈਵਾਲ ਵੀ ਨੇ, ਜਾਂ ਕੇਂਦਰ ਸਰਕਾਰ ਵੀ ਸਾਰ ਨਹੀਂ ਲੈ ਰਹੀ ਹੈ, ਚੂੰਕਿ ਗੱਲ ਸਰਕਾਰਾਂ ਦੀ ਹੈ ਜੀ। ਤੁਹਾਡੇ ਕੋਲ ਜਿਹੜੀ ਗੱਲ ਪੰਜਾਬ ਸਰਕਾਰ ਹੈ ਜਾਂ ਕੇਂਦਰ ਸਰਕਾਰ ਨੇ, ਤੁਹਾਡੀ ਕੋਈ ਸਾਰ ਲੱਤੀ ਹੈ? ਕੋਈ ਸਾਰ ਨਹੀਂ ਲਈ ਜੀ। ਕਿਸੇ ਸਰਕਾਰ, ਕਿਸੇ ਨੇ, ਸਰਕਾਰ ਨੇ ਕੋਈ ਸਾਰ ਨਹੀਂ ਲਈ ਜੀ। ਨਵੀਂ ਜੀ, ਇਹਨਾਂ ਦਾ ਕਹਿਣਾ ਵੀ ਨਾ ਤਾਂ ਹੀ ਪੰਜਾਬ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਨੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਹਾਲ ਤੱਕ ਉਹਨਾਂ ਦੀ ਮੌਤ ਤੋਂ ਬਾਅਦ ਕੋਈ ਸਾਰ ਨਹੀਂ ਲੱਤੀ।
ਉਸ ਤੱਕ ਪਹੁੰਚਣੇ ਨਹੀਂ ਦਿੰਦੇ ਹੈਗੇ ਜਿਹੜੇ ਮੂਹਰਲੇ ਹੁੰਦੇ ਨੇਗੇ। ਮਤਲਬ ਕਿ ਤੁਸੀਂ ਕਦੋਂ ਗਏ ਸੀ, ਕਿਸ ਟਾਈਮ ਗਏ? ਅਸੀਂ ਹਰੇਕ ਸਾਲ 15 ਅਗਸਤ ਤੋਂ ਬਾਅਦ ਵੀ ਜਾਂਦੇ ਹਾਂ ਜੀ, ਅਤੇ ਬਹੁਤ ਵਾਰ ਗਿਆਂਗੇ ਜੀ। ਨਵੀਨ ਜੀ, ਇਹਨਾਂ ਦਾ ਕਹਿਣਾ ਮਤਲਬ ਕਿ ਅਸੀਂ ਸਰਕਾਰਾਂ ਤੱਕ ਪਹੁੰਚ ਕੀਤੀ ਆ, ਪਰ ਜਿਹੜੇ ਮੂਹਰਲੇ ਹੁੰਦੇ ਨੇ ਇਹਨਾਂ ਦੇ ਉਹ ਨਹੀਂ ਸਾਨੂੰ ਜਿਹੜੇ ਇਹਨਾਂ ਨੂੰ ਅਕਾਲੀ ਦਲ ਦੀ ਵੀ ਰਹੀ, ਬੀਜੇਪੀ ਦੀ ਕੇਂਦਰ 'ਚ ਵੀ ਹੈ, ਦਿੱਲੀ 'ਚ ਆਮ ਆਦਮੀ ਪਾਰਟੀ ਦੀ ਵੀ ਹੈ, ਜਾਂ ਇਹ ਕਹੀਏ ਕਿ ਸਿਰਫ ਵੋਟ ਬੈਂਕ ਹੁੰਦਾ ਜਿਹੜਾ ਵੋਟਾਂ ਵੇਲੇ ਯਾਦ ਆਉਂਦਾ? ਮੇਰਾ ਖਿਆਲ ਹੈ ਜੀ ਕਿ ਵੀ ਜਿਹੜਾ ਭੁੱਲਣ ਵਾਲੀ ਗੱਲ ਹੈਗੀ ਹੈ, ਐਸਾ ਤਾਂ ਨਹੀਂ ਹੈ ਕਿ ਭੁੱਲੇ ਹੈ। ਕੇਂਦਰ ਸਰਕਾਰ ਵੱਲੋਂ ਤਾਂ ਜਿਹੜੇ ਆਜ਼ਾਦੀ ਦੇ ਘੁਲਾਟੇ ਆ ਉਹਨਾਂ ਦੇ ਵਾਸਤੇ ਬਹੁਤ ਸਾਰੀਆਂ ਫੈਸਿਲਿਟੀਜ਼ ਆ, ਲੇਕਿਨ ਔਰ ਜਿਹੜਾ ਜਿਹੜੇ ਆਰਮੀ ਦੇ ਬੰਦੇ ਹੈ ਜਿਹੜੇ ਕਿ ਸਰਹੱਦ ਦੇ ਉੱਤੇ ਲੜਾਈ ਲੜਦੇ ਹੈ, ਉਹਨਾਂ ਵਾਸਤੇ ਬਹੁਤ ਸਾਰੀਆਂ ਫੈਸਿਲਿਟੀਜ਼ ਹੈ। ਬਹੁਤ ਸਾਰੇ ਐਸੇ ਸਟੈਪਸ ਹੈ ਜਿਹੜੇ ਕਿ ਬੜੀਆਂ ਲੰਬੀਆਂ ਡਿਮਾਂਡ ਸੀਗੀਆਂ, ਜਿਵੇਂ ਵਨ ਰੈਂਕ ਵਨ ਪੈਨਸ਼ਨ, ਔਰ ਉਸ ਤੋਂ ਇਲਾਵਾ ਆਰਮੀ ਦੀਆਂ ਜਿਹੜੀਆਂ ਸੈਲਰੀਜ਼ ਹੈ ਉਹਦੇ 'ਚ ਵੀ ਉਹਨਾਂ ਨੇ ਇਜ਼ਾਫਾ ਕੀਤਾ, ਔਰ ਜਿਹੜੀਆਂ ਉੱਥੇ ਜਿਸ ਤਰੀਕੇ ਦੇ ਹਾਲਾਤ ਦੇ ਵਿੱਚ ਉਹ ਸਰਹੱਦ ਦੇ ਉੱਤੇ ਲੜਾਈ ਲੜਦੇ ਹੈ, ਉਹਨਾਂ ਹਾਲਾਤ ਦੇ ਵਿੱਚ ਜੋ ਉਹਨਾਂ ਨੂੰ ਸਮਾਨ ਚਾਹੀਦਾ ਸੀ ਉਹਨੂੰ ਪੂਰਾ ਕਰਨ ਦੇ ਵਿੱਚ ਜੋ ਸਾਡੀ ਸਰਕਾਰ ਨੇ, ਕੇਂਦਰ ਸਰਕਾਰ ਨੇ, ਮੋਦੀ ਸਾਹਿਬ ਦੀ ਅਗਵਾਈ ਦੀ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਹੈ, ਲੇਟੈਸਟ ਵੈਪਨਰੀ ਦਿੱਤੀ ਹੈ ਉਹਨਾਂ ਨੂੰ, ਉੱਥੇ ਦੇ ਵਾਸਤੇ ਜਿਸ ਤਰੀਕੇ ਦੇ ਜੁੱਤੇ ਚਾਹੀਦੇ ਹੈ, ਜਿਸ ਤਰੀਕੇ ਦੇ ਕੱਪੜੇ ਚਾਹੀਦੇ ਹੈ, ਜੇ ਸਿਆਚਨ ਦੇ ਗਲੇਸ਼ੀਅਰ ਦੇ ਵਿੱਚ ਜਾਈਏ ਤਾਂ ਉੱਥੇ ਹੋਰ ਤਰ੍ਹਾਂ ਦੀ ਡਰੈਸ ਚਾਹੀਦੀ ਹੈ, ਜੇ ਰੇਗਿਸਤਾਨ 'ਚ ਜਾਓ ਉੱਥੇ ਹੋਰ ਤਰ੍ਹਾਂ ਦੀ ਡਰੈਸ ਚਾਹੀਦੀ ਹੈ, ਤਾਂ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ ਦਿੱਤੀਆਂ, ਪੈਨਸ਼ਨਸ ਦਿੱਤੀਆਂ, ਔਰ ਉਹਨਾਂ ਦੇ ਪਰਿਵਾਰਾਂ ਨੂੰ ਅੱਗੇ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ, ਹਰ ਤਰੀਕੇ ਦੀ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ, ਔਰ ਜਿਹੜੇ ਆਜ਼ਾਦੀ ਦੇ ਘੁਲਾਟੀਆਂ ਦਾ ਜਿਹੜੇ ਪਰਿਵਾਰ ਹੈ ਉਹਨਾਂ ਦੇ ਵਾਸਤੇ ਵਧੀਆ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ, ਜਿਸ ਤਰੀਕੇ ਦੇ ਨਾਲ ਕਿ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਫੈਸਿਲਿਟੀ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਪਰਿਵਾਰਾਂ ਨੂੰ ਜਿਹੜੇ ਮੈਡੀਕਲ ਫੈਸਿਲਿਟੀ ਦਿੱਤੀ ਜਾ ਰਹੀ ਹੈ, ਔਰ ਜਿਹੜੀ ਅਸੀਂ ਆਹ ਹੁਣ ਆਯੁਸ਼ਮਾਨ ਸਕੀਮ ਸ਼ੁਰੂ ਕੀਤੀ ਹੈ, ਉਸ ਸਕੀਮ ਦੇ ਤਹਿਤ ਤਾਂ ਜਿੰਨੇ ਵੀ ਗਰੀਬ ਪਰਿਵਾਰ ਹੈ ਉਹ ਚਾਹੇ ਕਿਸੇ ਵੀ ਕੈਟਾਗਰੀ ਦੇ ਹੋਣ, ਉਹਨਾਂ ਸਾਰਿਆਂ ਨੂੰ ਉਹਦੇ 'ਚ ਕਵਰ ਕੀਤਾ ਗਿਆ। 10 ਕਰੋੜ ਪਰਿਵਾਰ ਕਵਰ ਕੀਤੇ ਗਏ, ਕੋਈ ਵੀ ਪਰਿਵਾਰ ਜਿਹੜਾ ਹੈਗਾ ਡਾਟਾ ਨਹੀਂ ਆਉਂਦਾ, ਨਹੀਂ ਸਾਰਿਆਂ ਨੂੰ, ਇਹ ਪਰਿਵਾਰ ਤੇ ਕਹਿ ਰਹੇ ਨੇ ਨਾ ਕੁਛ ਨਹੀਂ ਮਿਲ ਰਿਹਾ। ਬਿਲਕੁਲ, ਮੈਂ ਸਮਝਣਾ ਚਾਹ ਰਿਹਾ, ਇੱਕ ਚੀਜ਼ ਹੋਰ ਸਮਝਣੀ ਚਾਹ ਰਿਹਾ ਕੀ ਲੱਗਿਆ ਕਿ ਇਹ ਪਰਿਵਾਰ ਜਿਹੜੇ ਨੇ ਉਹ ਉਮੀਦ ਤੇ ਕਰ ਲੈਂਦੇ ਨੇ, ਔਰ ਇਹ ਇਕੱਲਾ ਪਰਿਵਾਰ ਨਹੀਂ ਜਿਹਦੇ ਨਾਲ ਸਾਡੇ ਪੱਤਰਕਾਰ ਦਵਿੰਦਰ ਬੈਠੇ ਨੇ, ਬਹੁਤ ਪਰਿਵਾਰ ਨੇ ਪੰਜਾਬ ਦੇ ਵਿੱਚ, ਜਾਂ ਤੇ ਲੋਕਲ ਲੈਵਲ ਤੇ ਜਿਹੜੇ ਲੀਡਰ ਹੁੰਦੇ ਨੇ ਉਹ ਇਹਨਾਂ ਨਾਲ ਸਿਆਸਤ ਕਰਦੇ ਨੇ, ਵੱਡੇ ਲੈਵਲ ਤੇ ਅਸੀਂ ਨਜ਼ਰ ਆ ਰਹੀ ਹੈ ਕਿ ਹੋ ਰਹੀ ਹੈ, ਜਾਂ ਸ਼ਾਇਦ ਇਹ ਭੋਲੇ ਪਾਲੇ ਨੇ ਕਿ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ, ਉਸ ਤੋਂ ਬਾਅਦ ਕਿਸੇ ਵੀ ਸਹੂਲਤ ਦਾ ਲਾਹਾ ਇਹਨਾਂ ਨੂੰ ਨਹੀਂ ਮਿਲਦਾ। ਮੈਂ ਤੁਹਾਨੂੰ ਉਸੇ ਵਾਸਤੇ ਇਹੀ ਚੀਜ਼ ਦੱਸਣ ਲੱਗਿਆ ਸੀ ਨਵਨੀਤ ਜੀ, ਕਿ ਜਿੰਨੀਆਂ ਵੀ ਸਕੀਮਸ ਸੈਂਟਰਲ ਗਵਰਨਮੈਂਟ ਦੀਆਂ ਆਉਂਦੀਆਂ ਉਹਨਾਂ ਨੂੰ ਇੰਪਲੀਮੈਂਟ ਕਰਨਾ, ਉਹਨਾਂ ਨੂੰ ਲਾਗੂ ਕਰਨਾ, ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਸਟੇਟ ਗਵਰਨਮੈਂਟ ਜਿਹੜੀ ਆ ਨੋਡਲ ਏਜੰਸੀ ਹੁੰਦੀ ਹੈ। ਠੀਕ, ਸਟੇਟ ਗਵਰਨਮੈਂਟਸ ਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਲੋਕਲ ਲੈਵਲ 'ਤੇ ਜੇ ਤਾਂ ਗਵਰਨਮੈਂਟ ਹੋਵੇ ਤੁਹਾਡੀ ਇੱਕੋ ਹੀ ਪਾਰਟੀ ਦੀ, ਸੈਂਟਰ 'ਚ ਵੀ ਔਰ ਸਟੇਟ 'ਚ ਵੀ, ਫਿਰ ਸਿਚੁਏਸ਼ਨ, ਫਿਰ ਹਾਲਾਤ ਕੁਛ ਹੋਰ ਹੁੰਦੇ ਆ। ਜਦੋਂ ਸਰਕਾਰਾਂ ਦੂਸਰੀਆਂ ਹੋ, ਜਿਵੇਂ ਆਯੁਸ਼ਮਾਨ ਭਾਰਤ ਦੀ ਸਕੀਮ ਹੈ ਪਿਛਲੇ 1 ਸਾਲ ਤੋਂ ਲਾਗੂ ਹੈ ਪੂਰੇ ਹਿੰਦੁਸਤਾਨ 'ਚ, ਪੰਜਾਬ ਦੇ ਵਿੱਚ 1 ਅਗਸਤ ਤੋਂ ਲਾਗੂ ਕੀਤੀ ਗਈ ਹੈ, ਔਰ ਮੇਰਾ ਖਿਆਲ ਹੈ ਵੀ ਆਹ ਹੁਣ 9-10-11 ਤਰੀਕ ਤੋਂ ਇਹਨਾਂ ਨੇ ਉਦਘਾਟਨ ਕੀਤੇ ਹੈ ਸਰਕਾਰ ਨੇ, ਪੰਜਾਬ ਸਰਕਾਰ ਨੇ, ਜਦੋਂ ਕਿ ਇਹਨਾਂ ਨੇ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਤਾਂ ਕਿ ਉਹਨਾਂ ਦੇ ਕਾਰਡ ਬਣ ਸਕਣ। ਹੁਣ ਜੇ ਸਵਾਲ ਕੀਤਾ ਜਾਵੇ ਪੰਜਾਬ ਸਰਕਾਰ ਨੂੰ, ਦੱਸੋ 1 ਸਾਲ ਦੇ ਅੰਦਰ 42-43 ਲੱਖ ਪਰਿਵਾਰਾਂ ਦਾ ਜ਼ਿਕਰ ਕਰਦੇ ਹੈ ਕਿ ਪੰਜਾਬ 'ਚ ਹੈਗੇ ਇਸ ਸਕੀਮ ਦੇ ਵਿੱਚ, ਜਿਸਦੇ ਕਿ 5 ਲੱਖ ਤੱਕ ਦਾ ਲੋਕਾਂ ਨੂੰ, ਗਰੀਬ ਲੋਕਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦਾ ਮੁਫਤ ਇਲਾਜ ਮਿਲਣਾ, ਉਸ ਦੇ ਵਾਸਤੇ 1 ਸਾਲ ਤੋਂ ਜਿਹੜੇ ਪਰਿਵਾਰ ਉਹਨਾਂ ਫੈਸਿਲਿਟੀਜ਼ ਤੋਂ, ਉਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਗਏ, ਜਾਂ ਕਿਸੇ ਪਰਿਵਾਰ ਦਾ ਜੇ ਨੁਕਸਾਨ ਹੋ ਗਿਆ ਉਹਦੀ ਭਰਪਾਈ ਕੌਣ ਕਰੇਗਾ? ਇਹ ਰਾਜਨੀਤੀ ਹੈ। ਕਿਉਂ ਨਹੀਂ ਸੀ ਲਾਗੂ ਕੀਤੀ ਜਾ ਰਹੀ? ਕਿਉਂਕਿ ਲੋਕ ਸਭਾ ਇਲੈਕਸ਼ਨ ਸਾਹਮਣੇ ਖੜਾ ਸੀ, ਉਹ ਇਸ ਕਰਕੇ ਉਹਨੂੰ ਲਾਗੂ ਨਹੀਂ ਸੀ ਕੀਤਾ ਜਾ ਰਿਹਾ। ਇਸੇ ਤਰੀਕੇ ਦੇ ਨਾਲ ਹੋਰ ਸਕੀਮਾਂ ਹੈ, ਜਿਵੇਂ ਹੁਣ ਜੇ ਅਸੀਂ ਐਸ ਸੀ ਸਟੂਡੈਂਟਸ ਦੀ ਗੱਲ ਕਰ ਲਈਏ, ਐਸ ਸੀ ਸਟੂਡੈਂਟਸ ਦਾ ਸਕਾਲਰਸ਼ਿਪ ਹੈ, ਪੈਸਾ ਕਿਸੇ ਖਾਤੇ ਲਈ ਆਇਆ, ਗਿਆ ਕਿਤੇ ਹੋਰ, ਉਹਦਾ ਹਿਸਾਬ ਹੀ ਨਹੀਂ ਮਿਲਦਾ ਪਿਆ ਕਿੱਥੇ ਖਰਚ ਹੋ ਗਿਆ। ਸੋ ਉਹ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ, ਹੁਣ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਮਨਰੇਗਾ ਦੇ ਫੰਡਸ ਦੀ ਇਨਕੁਆਇਰੀ ਆਈ, ਉਹ ਗਰੀਬ ਤਬਕੇ ਦੇ ਲੋਕਾਂ ਨੇ ਉੱਥੇ ਕੰਮ ਕਰਨਾ। ਮਨਰੇਗਾ ਦੇ ਫੰਡਸ ਦੇ ਵਿੱਚ 3200 ਰੁਪਈਆ ਦੇਣਾ ਦੇ ਰਹੇ, 1200 ਰੁਪਏ 2000 ਰੁਪਏ ਦਾ ਪਤਾ ਹੀ ਨਹੀਂ ਕਿੱਥੇ ਗਿਆ, ਹੁਣ ਉਹਦੀ ਇਨਕੁਆਇਰੀ ਦੇ ਵਿੱਚ ਸਾਰਾ ਕੁਝ ਉਹ ਘਪਲਾ ਸਾਹਮਣੇ ਆ ਰਿਹਾ। ਸੋ ਇਸ ਕਰਕੇ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਕਈ ਵਾਰ ਇਹਨਾਂ ਗੱਲਾਂ ਕਰਕੇ ਲੋਕ ਪਿਛੜ ਜਾਂਦੇ ਆ, ਇਹਨਾਂ ਗੱਲਾਂ ਕਰਕੇ ਲੋਕਾਂ ਤੱਕ ਲਾਭ ਨਹੀਂ ਪਹੁੰਚ ਪਾਉਂਦੇ। ਠੀਕ ਹੈ ਬਾਲੀ ਸਾਹਿਬ, ਜੰਗੇ ਆਜ਼ਾਦੀ ਯਾਦਗਾਰ ਆਜ਼ਾਦੀ ਦਿਹਾੜੇ ਤੋਂ 1 ਦਿਨ ਪਹਿਲੇ ਉਹਦੇ 3ਵੇਂ ਫੇਜ਼ ਦਾ ਉਦਘਾਟਨ ਮੁੱਖ ਮੰਤਰੀ ਕਰਦੇ ਨੇ, ਔਰ ਕਹਿੰਦੇ ਨੇ ਕਿ ਇੱਕ ਮਿਸਾਲ ਹੈ, ਅਸੀਂ 1 ਕਰੋੜ ਰੁਪਏ ਲਾ ਕੇ ਇਹ ਬਣਾਈਏ ਤਾਂ ਜੋ ਬੱਚੇ ਆਉਣ ਔਰ ਵੇਖਣ
कि आजादी किवें मिली है गल माफ करना मतलब मैं बड़ा सिचुएशन जिहड़ी है ना जिन्हां करके मिली है उन्हां ते रुपया खर्च करके सरकारां राजी नहीं कल्ली कांग्रेस मैं बार बार कह रहा नहीं नहीं मैं असी यादगार बना रहे हैं असी म्यूजियम बना रहे हैं असी कहने हैं कि जी साडियां पीढ़ियां आने वाली याद रखन उन्हां सारे परिवारां नूं और उन्हां लोकां नूं जिन्हां करके आजादी मिली है जी मैं लगता है कि फिर यह परिवार जिहड़े ने जिन्हां करके मिली है ਉਹ ਕਹਿਣਗੇ ਕਿ ਅੱਗੇ ਤੋਂ ਇਹਨਾਂ ਕੰਮਾਂ 'ਚ ਪਏ ਹੋਈ ਨਾ ਕੋਈ ਫਾਇਦਾ ਨਹੀਂ ਕਿਉਂਕਿ ਸਰਕਾਰਾਂ ਵੱਲੋਂ ਕੋਈ ਸਹੂਲਤਾਂ ਨਹੀਂ ਮਿਲਦੀਆਂ ਇਹ ਬਿਲਕੁਲ ਵੀ ਨਹੀਂ ਸੋਚਣਗੇ ਵੀ ਜੀ ਗੱਲ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਅੱਗੇ ਵੀ ਸਰਕਾਰਾਂ ਕੋਲ ਇਹਨਾਂ ਨੂੰ ਅਸੀਂ ਵੋਟ ਨਹੀਂ ਦਿਆਂਗੇ ਇਹਨਾਂ ਨੂੰ ਇਹੋ ਜਿਹੀ ਗੱਲ ਨਹੀਂ ਕਰਾਂਗੇ ਇਹ ਦੇਣਗੇ ਹੁਣ ਤੱਕ ਵੀ ਦਿੰਦੇ ਆਏ ਨੇ ਅੱਗੋਂ ਵੀ ਇਹ ਵੋਟ ਦੇਣਗੇ ਕੀ ਕਿ ਲੋਕਲ ਲੀਡਰ ਦਾ ਇੱਕ ਕੰਮ ਹੁੰਦਾ ਕਿ ਚੀਫ ਮਿਨਿਸਟਰ ਤੱਕ ਆਵਾਜ਼ ਪਹੁੰਚਾਉਣੀ ਅਗਰ ਮੰਤਰੀ ਤੱਕ ਆਵਾਜ਼ ਪਹੁੰਚਾਉਣੀ ਚਾਹੇ ਉੱਥੇ ਦਾ ਕੋਈ ਜ਼ਿਲ੍ਹਾ ਪ੍ਰਧਾਨ ਹੋਵੇ ਚਾਹੇ ਉੱਥੇ ਦਾ ਕੋਈ ਸਟੇਟ ਦਾ ਕੋਈ ਜਨਰਲ ਸੈਕਟਰੀ ਹੋਵੇ ਜਾਂ ਮੈਂ ਕਹਾਂ ਕੋਈ MLA ਹੋਵੇ ਜਾਂ ਹੋਰ ਵੀ ਕਈ ਸੰਸਥਾ ਹੁੰਦੀਆਂ ਨੇ ਉੱਥੇ ਤੱਕ ਮੈਨੂੰ ਇਹ ਲੱਗਦਾ ਇਹਨਾਂ ਦੀ ਆਵਾਜ਼ ਉੱਥੇ ਤੱਕ ਵੀ ਨਹੀਂ ਪਹੁੰਚਦੀ ਉੱਥੋਂ ਅੱਗੇ ਤੱਕ ਕੀ ਇਹਨਾਂ ਦੀ ਆਵਾਜ਼ ਪਹੁੰਚਣੀ ਹੈ ਮੈਂ ਤੁਹਾਨੂੰ ਆਰਮੀ ਬਾਰੇ ਕਹਾਂਗਾ ਮੈਂ ਹੱਥ ਜੋੜ ਕੇ ਬੇਨਤੀ ਵੀ ਕਰਾਂਗਾ ਵੀ ਕੋਈ ਵੀ ਆਰਮੀ ਪਰਸਨ ਇਹੋ ਜਿਹੀ ਗੱਲ ਨੂੰ ਨਾ ਸਮਝੇ ਕਿ ਮੈਂ ਇਹ ਕੋਈ ਗੱਲ ਕਰ ਰਿਹਾ ਮਗਰ ਇਹ ਸੱਚਾਈ ਤੁਹਾਨੂੰ ਦੱਸ ਰਿਹਾ ਅੱਜ ਸਰਕਾਰ ਦੇ ਅੰਦਰ ਐਕਸ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਜਰਨਲ ਬੈਠੇ ਨੇ ਐਡਵਾਈਜ਼ਰ ਮਾਨਯੋਗ ਮੁੱਖ ਮੰਤਰੀ ਜੀ ਦੇ ਕਰਨਲ ਐਡਵਾਈਜ਼ਰ ਮੇਜਰ ਜਰਨਲ ਐਡਵਾਈਜ਼ਰ ਬੈਠੇ ਨੇ ਸੈਨਿਕ ਜਿਹੜੇ ਵੱਡੇ ਬੋਰਡ ਬਣੇ ਹੋਏ ਹੈਗੇ ਨੇ ਆਹ ਸੈਨਿਕਾਂ ਦਾ ਸਾਡਿਆਂ ਦਾ ਹਾਲ ਹੈ ਸਿਰਫ ਗੱਡੀਆਂ ਗਨਮੈਨ ਜਿਪਸੀਆਂ ਅੱਗੇ ਪਿੱਛੇ ਮੈਂ ਕਿਸਾਨ ਛੋਟੀ ਜਿਹੀ ਤੁਹਾਨੂੰ ਗੱਲ ਦਿੰਦਾ ਮੈਂ ਕਿਸਾਨਾਂ ਬਾਰੇ ਗਿਆ ਸੈਕਟਰੀਏਟ ਦੇ ਵਿੱਚ ਮੈਂ ਐਡਵਾਈਜ਼ਰ ਟੂ ਸੀ ਐਮ ਨੂੰ ਜਾ ਕੇ ਗੱਲ ਕਹੀ ਆਹ ਕਿਸਾਨਾਂ ਦੇ ਬਾਰੇ ਸਰ ਮੈਂ ਲੈ ਕੇ ਆਇਆ ਇਹਨਾਂ ਦੀ ਪੈਨਸ਼ਨ ਬਾਰੇ ਇਹਦੇ ਬਾਰੇ ਇਹਨਾਂ ਦੀ ਮੈਡੀਕਲ ਵਾਸਤੇ ਇਹਨਾਂ ਦੀ ਵਿਧਵਾ ਪੈਨਸ਼ਨ ਵਾਸਤੇ ਇਹਨਾਂ ਦੇ ਬੱਚਿਆਂ ਵਾਸਤੇ ਮੈਂ ਕਿਹਾ ਸਰ ਤੁਸੀਂ ਇੱਕ ਫੌਜੀ ਹੈਗੇ ਹੋ ਅਤੇ ਮੈਂ ਤੁਹਾਡੇ ਨਾਲ ਗੱਲ ਕਹਿੰਦਾ ਗੁਰਵਿੰਦਰ ਸਿੰਘ ਆਈ ਐਮ ਵੈਰੀ ਸੋਰੀ ਗੁਰਵਿੰਦਰ ਸਿੰਘ ਬਾਲੀ ਮੈਂ ਇਸ ਮਸਲੇ 'ਚ ਬਿਲਕੁਲ ਨਹੀਂ ਪੈਂਦਾ ਤੁਸੀਂ ਚੀਫ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਜਾ ਕੇ ਮਿਲੋ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਐਡੀ ਵੱਡੀ ਸੀਟ 'ਤੇ ਬੈਠਣ ਦੇ ਸੈਕਟਰੀਏਟ ਦੇ ਵਿੱਚ ਉਹਨਾਂ ਦਾ ਆਫਿਸ ਹੋਵੇ ਉਹ ਜਗ੍ਹਾ ਜਗ੍ਹਾ 'ਤੇ ਸੀ ਐਮ ਦੇ ਨਾਲ ਘੁੰਮਦੇ ਹੋਣ ਅਤੇ ਫੌਜੀਆਂ ਦਾ ਵਿਚਾਰਿਆਂ ਦਾ ਆਹ ਹਾਲ ਹੋਵੇ ਕਿਉਂਕਿ ਇਹ ਲੋਕ ਉੱਥੇ ਪਹੁੰਚ ਹੀ ਨਹੀਂ ਸਕਦੇ ਅਤੇ ਸਾਡੇ ਜਿਹੜੇ ਅੱਗੇ ਨੁਮਾਇੰਦੇ ਬੈਠੇ ਨੇ ਉਹ ਇਹਨਾਂ ਨੂੰ ਅੱਗੇ ਪਹੁੰਚਾ ਨਹੀਂ ਸਕਦੇ ਇਸ ਕਰਕੇ ਇਹਨਾਂ ਦੀਆਂ ਦੁਰਦਸ਼ਾ ਹੁੰਦੀਆਂ ਨੇ ਅਤੇ ਇਲੈਕਸ਼ਨ ਦੇ ਵਿੱਚ ਕੀ ਹੁੰਦਾ ਉਹ ਫਿਰ ਜਿਹੜੇ ਮੌਤਗਰ ਹੁੰਦੇ ਨੇ ਉਹ ਫਿਰ ਇਹਨਾਂ ਕੋਲ ਚਲੇ ਜਾਂਦੇ ਨੇ ਇਹ ਫਿਰ ਕਹਿ ਦਿੰਦੇ ਨੇ ਚਲੋ ਜੀ ਕੋਈ ਗੱਲ ਨਹੀਂ ਵੋਟ ਪਾ ਦਿੰਦੇ ਇਹ ਫਿਰ ਵੋਟ ਪਾ ਦਿੰਦੇ ਨੇ ਮਗਰ ਇਹਨਾਂ ਦੀ ਵੋਟ ਦੀ ਕੀਮਤ ਉਹ ਪੰਜਾਬ ਦੇ ਹੋਣ ਜਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸਾਹਿਬਾਨ ਹੋਣ ਜਾਂ ਚੀਫ ਮਿਨਿਸਟਰ ਹੋਣ ਸਰਕਾਰਾਂ ਬਣ ਜਾਂਦੀਆਂ ਨੇ ਮਗਰ ਇਹਨਾਂ ਦੀ ਪੁੱਛ ਗਿੱਛ ਫਿਰ ਹੀ ਹੋ ਜਾਂਦੀ ਸੈਂਟਰ ਪੈਸਾ ਦਿੰਦਾ ਇੱਥੇ ਤੱਕ ਆਉਂਦਾ ਅੱਗੇ ਜਿਹੜਾ ਹੈਗਾ ਉਹ ਲੋਕਾਂ ਨੂੰ ਮਿਲਦਾ ਨਹੀਂ ਆਹ ਤੁਹਾਡੇ ਸਾਹਮਣੇ ਆ ਹੁਣ 1000 ਕਰੋੜ ਰੁਪਈਆ ਸੈਂਟਰ ਗੌਰਮੈਂਟ ਨੇ ਇਹਨਾਂ ਦਾ ਰੋਕ ਲਿਆ ਜਿਹੜਾ ਹੁਣ ਕਿਸਾਨਾਂ ਕੋਲ ਸਿੱਧਾ ਜਾਏਗਾ ਉਹ ਪੈਸਾ ਉਹ ਰੋਕ ਲਿਆ ਕਿਸਾਨਾਂ ਦਾ ਪੈਸਾ ਸੈਂਟਰ ਗੌਰਮੈਂਟ ਨੇ ਤੁਹਾਡੇ ਇਹਦੇ 'ਤੇ ਕਹਿ ਰਹੇ ਹਾਂ ਇਸ ਚੀਜ਼ ਨੂੰ ਉਹ ਇਸ ਕਰਕੇ ਰੋਕਿਆ ਕਿ ਉਹ ਕਿਸਾਨਾਂ ਤੱਕ ਸਿੱਧਾ ਜਾਣਾ ਨਹੀਂ ਸੀ ਹੈਗਾ ਹੁਣ ਸੈਂਟਰ ਗੌਰਮੈਂਟ ਜਿਹੜੀ ਹੈਗੀ ਹੈ ਉਹ ਸਿੱਧਾ ਪੈਸਾ ਕਿਸਾਨਾਂ ਨੂੰ ਦੇਗੀ ਆਹ ਇਹਨਾਂ ਦੀਆਂ ਕਾਰਗੁਜ਼ਾਰੀਆਂ ਚਲੋ ਮੈਂ ਹੁਣ ਅਖੀਰਲੇ ਕਮੈਂਟ ਲੈਣਾ ਕਿਉਂਕਿ ਮਸਲਾ ਸੈਂਸਿਟਿਵ ਹੈ ਔਰ ਮੈਨੂੰ ਲੱਗਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਕੱਲੇ ਪਰਿਵਾਰ ਹੀ ਨਹੀਂ ਸ਼ਾਇਦ ਹੁਣ ਮਾਨਸਾ ਜਾਂ ਬਠਿੰਡੇ ਜਾਂ ਹੋਰ ਥਾਵਾਂ 'ਤੇ ਉਹਨਾਂ ਪਰਿਵਾਰਾਂ ਕੋਲ ਵੀ ਜਾਣਾ ਪਏਗਾ ਜਿਨ੍ਹਾਂ ਦੇ ਪਰਿਵਾਰ 'ਚੋਂ ਕਿਸਾਨ ਜਿਹੜੇ ਖੁਦਕੁਸ਼ੀ ਕਰ ਗਏ ਨੇ ਔਰ ਉਹਨਾਂ ਤੋਂ ਵੀ ਵਾਅਦੇ ਕੀਤੇ ਸੀ ਸਰਕਾਰ ਨੇ ਅਤੇ ਚਲੋ ਜਦੋਂ ਇਹਨਾਂ ਨੂੰ ਸਨਮਾਨਿਤ ਕਰਨਾ ਸੀ ਅਤੇ ਪਰਿਵਾਰ ਸਾਹਮਣੇ ਆਏ ਤਾਂ ਗੱਲ ਹੋ ਗਈ ਮਿੱਤਲ ਸਾਹਿਬ ਹੁਣ ਇੱਕ ਇੱਕ ਕਰਕੇ ਮੈਂ ਮਸਲੇ 'ਤੇ ਆਉਂਦਾ ਵਾਅਦੇ ਜਿਹੜੇ ਇਸ ਮੈਨੀਫੈਸਟੋ ਵਿੱਚ ਕਾਂਗਰਸ ਪਾਰਟੀ ਨੇ ਕੀਤੇ ਰਹੇ ਖਾਸ ਤੌਰ 'ਤੇ ਇਹਨਾਂ ਪਰਿਵਾਰਾਂ ਨਾਲ ਜੁੜੇ ਵਾਅਦੇ ਤੁਹਾਨੂੰ ਲੱਗਦਾ ਕਿ ਘੱਟੋ ਘੱਟ 2-4 ਵਾਅਦੇ ਪੂਰੇ ਕਰਕੇ ਇਹ ਤਾਂ ਦਰਸਾ ਦੇਣਾ ਚਾਹੀਦਾ ਸਰਕਾਰ ਨੂੰ ਕਿ ਠੀਕ ਹੈ ਪੈਟਰੋਲ ਪੰਪ ਨਹੀਂ ਦੇ ਸਕਦੇ ਨਾ ਦੇਣ ਠੀਕ ਹੈ ਲੱਗਦਾ ਕਿ ਉਹਦੇ 'ਚ ਰਿਸੋਰਸਿਸ ਲੱਗਦੇ ਨੇ ਪਰ ਪੈਨਸ਼ਨ ਜਾਂ ਨੌਕਰੀ ਉਹ ਤਾਂ ਤੁਹਾਨੂੰ ਲੱਗਦਾ ਕਿ ਸਰਕਾਰ ਜੇ ਦੇ ਸਕਦੀ ਹੈ ਤਾਂ ਬਿਲਕੁਲ ਦੇਣੀ ਚਾਹੀਦੀ ਹੈ ਬਿਲਕੁਲ ਜਿਹੜੀਆਂ ਬੇਸਿਕ ਸਹੂਲਤਾਂ ਨੇ ਚਲੋ ਪੈਟਰੋਲ ਪੰਪ ਤਾਂ ਬਹੁਤ ਵੱਡੀ ਗੱਲ ਹੋ ਗਈ ਵੱਡਾ ਵੱਡਾ ਖਰਚਾ ਹੋ ਗਿਆ ਗੈਸ ਏਜੰਸੀ ਬਹੁਤ ਵੱਡਾ ਖਰਚਾ ਹੋ ਗਿਆ ਸ਼ਾਇਦ ਜੇ ਇਹਨਾਂ ਨੂੰ ਅਲੋਟ ਵੀ ਕਰ ਦਿੱਤਾ ਤਾਂ ਸ਼ਾਇਦ ਆਪ ਚਲਾ ਵੀ ਨਾ ਸਕਣਗੇ ਲੇਕਿਨ ਮੈਂ ਸਮਝਦਾ ਕਿ ਜਿਹੜੀਆਂ ਬੇਸਿਕ ਸਹੂਲਤਾਂ ਪੈਨਸ਼ਨ ਜਿਵੇਂ ਪਿਛਲੀ ਸਰਕਾਰ 'ਚ ਅਸੀਂ ਆਟਾ ਦਾਲ ਸਕੀਮ ਚਲਾਈ ਵੀ ਸੀ ਉਹਦਾ ਰੈਗੂਲਰ ਉੱਥੇ ਬੰਦ ਹੋ ਗਈ ਉਸ ਇੱਦਾਂ ਦੀ ਉਹ ਸਕੀਮ ਕੁਛ ਐਸੇ ਇਹ ਜਿਸ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਇਹਨਾਂ ਦੀ ਪੜ੍ਹਾਈ ਔਰ ਇਹਨਾਂ ਨੂੰ ਨੌਕਰੀ ਛੋਟੀਆਂ ਛੋਟੀਆਂ ਨੌਕਰੀਆਂ ਵੀ ਜੇ ਦਿੱਤੀਆਂ ਜਾਣ ਤਾਂ ਕਿ ਕਮ ਸੇ ਕਮ ਇਹ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਆਪਣੇ ਪਰਿਵਾਰ ਨੂੰ ਸੰਭਾਲ ਸਕਣ ਆਪਣੇ ਆਪ ਨੂੰ ਚਲਾ ਸਕਣ ਮੇਰਾ ਖਿਆਲ ਹੈ ਕਿ ਸਰਕਾਰ ਵਾਸਤੇ ਇਹ ਛੋਟੀ ਛੋਟੀ ਚੀਜ਼ਾਂ ਕਰਨੀਆਂ ਪੈਨਸ਼ਨ ਦੇਣੀ ਬੁਢਾਪਾ ਪੈਨਸ਼ਨ ਹੁਣ ਸਾਰੀਆਂ ਪੈਨਸ਼ਨਾਂ ਬੰਦ ਹੋ ਗਈਆਂ ਬੁਢਾਪਾ ਪੈਨਸ਼ਨ ਚਲੋ ਮੈਂ ਕਹਿੰਦਾ ਤੁਸੀਂ ਆਜ਼ਾਦੀ ਦੇ ਘਲਾਟੀਆਂ ਨੂੰ ਨਹੀਂ ਕਰਦੇ ਜਿਹੜੀਆਂ ਜਨਰਲ ਪੈਨਸ਼ਨ ਸਕੀਮਾਂ ਚੱਲੀਆਂ ਹੋਈਆਂ ਸੀ ਜਨਰਲ ਲੋਕ ਭਲਾਈ ਦੀਆਂ ਸਕੀਮਾਂ ਸਾਡੀ ਸਰਕਾਰ ਜੇ ਉਹ ਚਲਾ ਦੇਣ ਤੇ ਉਹਦੇ 'ਚ ਤਾਂ ਵੀ ਇਹ ਉਹਦੇ 'ਚ ਕਵਰ ਹੋ ਜਾਣਗੇ ਰੋਟੀ ਖਾਣ ਜੋਗੇ ਹੋ ਜਾਣਗੇ ਬੱਚਿਆਂ ਨੂੰ ਪੜ੍ਹਾਉਣ ਜੋਗੇ ਹੋ ਜਾਣਗੇ ਜੇ ਮਨਰੇਗਾ ਦੇ ਪੈਸੇ ਠੀਕ ਤਰੀਕੇ ਨਾਲ ਦੇਣਗੇ ਤਾਂ ਚਲੋ ਹੋਰ ਨਹੀਂ ਕੁਛ ਤਾਂ ਆਪਣੀ ਕਮਾਈ ਕਰਕੇ ਰੋਜ਼ ਦੀ ਮਿਹਨਤ ਕਰਕੇ ਕਮ ਸੇ ਕਮ ਬੱਚੇ ਸਕੂਲ ਤਾਂ ਪੜ੍ਹ ਸਕਣਗੇ ਬੱਚੇ ਪੜ੍ਹਨਗੇ ਬੱਚੇ ਇਸ
ਪੰਜਾਬ ਨੂੰ ਵੀ ਅੱਗੇ ਲੈ ਕੇ ਜਾ ਸਕਣਗੇ ਔਰ ਦੇਸ਼ ਨੂੰ ਵੀ ਅੱਗੇ ਲੈ ਕੇ ਔਰ ਇੱਕ ਸਭ ਤੋਂ ਬੜੀ ਗੱਲ ਜਿਹੜੀ ਇੱਕ ਸਭ ਤੋਂ ਬੜੀ ਪ੍ਰੋਬਲਮ ਅੱਜ ਪੰਜਾਬ ਦੀ ਹੈ ਜਿਹੜਾ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਜਾ ਰਿਹਾ ਅਸੀਂ ਜੇ ਉਹਨਾਂ ਨੂੰ ਜਿਹੜੀ ਨੌਕਰੀਆਂ ਦੀ ਵੀ ਗੱਲ ਅਸੀਂ ਇਹਨਾਂ ਨੇ ਕੀਤੀ ਹੈ ਕਿ ਆਜ਼ਾਦ ਜਿਹੜੇ ਆਜ਼ਾਦੀ ਦੇ ਘਲਾਟਿਆਂ ਨੂੰ ਦੇਣੀ ਹੈ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਜੇ ਆਪਣੇ ਵਾਅਦੇ ਨੂੰ ਪੂਰਾ ਕਰੇ ਤਾਂ ਜਿਹੜਾ ਨੌਜਵਾਨ ਵੀ ਬਾਹਰ ਜਾ ਰਿਹਾ ਉਹ ਨਹੀਂ ਜਾਏਗਾ ਮੋਦੀ ਸਾਹਿਬ ਨੇ ਜਿਹੜੀ ਗੱਲ ਆਪਣੀ 15 ਅਗਸਤ ਦੀ ਸਪੀਚ 'ਚ ਕਹੀ ਹੈ ਕਿ ਹਿੰਦੁਸਤਾਨ ਔਰ ਹਿੰਦੁਸਤਾਨ ਦੇ ਲੋਕਾਂ ਦੀਆਂ ਬਣਾਈਆਂ ਚੀਜ਼ਾਂ ਨੂੰ ਅਸੀਂ ਕਰੀਏ ਜੇ ਸਰਕਾਰਾਂ ਪ੍ਰਦੇਸ਼ ਸਰਕਾਰਾਂ ਉਸ ਗੱਲ ਨੂੰ ਸਮਝ ਕੇ ਆਪਣੀ ਆਪਣੇ ਪ੍ਰਦੇਸ਼ ਦੇ ਵਿੱਚ ਮੈਂ ਤਾਂ ਪੰਜਾਬ ਦੀ ਗੱਲ ਕਰਾਂਗਾ ਕਿ ਅਸੀਂ ਪੰਜਾਬ ਨਾਲ ਡੀਲ ਕਰਦੇ ਹਾਂ ਕਿ ਅਸੀਂ ਆਪਣੇ ਇੱਥੇ ਦੇ ਜਿਹੜੇ ITIs ਦੇ ਵਿੱਚ ਜਿਹੜੇ ਬੱਚੇ ਪੜ੍ਹ ਕੇ ਜਾਂਦੇ ਹਾਂ ਉਹਨਾਂ ਨੂੰ ਅਸੀਂ ਇਸ ਕਾਬਿਲ ਬਣਾਈਏ ਕਿ ਉਹ ਖੁਦ ਕੁਛ ਬਣਾ ਕੇ ਔਰ ਉਹਨਾਂ ਨੂੰ ਪਲੇਟਫਾਰਮ ਬਣਾ ਕੇ ਦੇਈਏ ਕਿ ਉਹਨਾਂ ਚੀਜ਼ਾਂ ਦੀ ਉਹ ਵਿਤਰਨ ਕਰ ਸਕਣ ਵੇਚ ਸਕਣ ਅਤੇ ਆਪਣਾ ਪਰਿਵਾਰ ਚਲਾ ਸਕਣ ਆਪਣਾ ਸਿਸਟਮ ਚਲਾ ਸਕਣ ਤਾਂ ਮੇਰਾ ਨਹੀਂ ਖਿਆਲ ਕਿ ਸਾਡਾ ਨੌਜਵਾਨ ਹਿੰਦੂ ਪੰਜਾਬ ਛੱਡ ਕੇ ਵਿਦੇਸ਼ਾਂ 'ਚ ਚਲੋ ਬਹੁਤ ਬਹੁਤ ਧੰਨਵਾਦ ਬਾਲੀ ਸਾਹਿਬ ਅਤੇ ਮਿੱਤਲ ਸਾਹਿਬ ਅਤੇ ਦਵਿੰਦਰ ਤੁਹਾਡਾ ਵੀ ਧੰਨਵਾਦ ਇਸ ਪਰਿਵਾਰ ਨਾਲ ਗੱਲਬਾਤ ਕਰਨ ਦੇ ਲਈ ਪਰ ਸਵਾਲ ਵੱਡਾ ਹੈ ਸ਼ਹੀਦਾਂ ਦਾ ਸਨਮਾਨ ਕਰਨ ਦਾ ਦਾਅਵਾ ਵਾਅਦਾ ਪਰ ਹਕੀਕਤ ਤੁਹਾਡੇ ਸਾਹਮਣੇ ਸਨਮਾਨ ਜਾਂ ਅਪਮਾਨ ਸਰਕਾਰ ਆਪਣੇ ਕੰਨ ਖੋਲ੍ਹ ਕੇ ਸੁਣੇ ਅਪਮਾਨ ਜੇ ਨਹੀਂ ਲੱਗਦਾ ਤਾਂ ਸਾਰ ਲੈ ਲਓ ਇਹਨਾਂ ਪਰਿਵਾਰਾਂ ਦੀ ਇਜਾਜ਼ਤ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ